ਗੱਲ ਨਹੀਂ ਵਿਖਾਈ, ਵੇਖੋ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਮਾਸ਼ਾਅੱਲਾ ਜੀ। ਖੇਡਣ ਤਾਂ ਦਿਲ ਕਰਦਾ ਫਰਾਜ਼ ਸਾਹਿਬ ਜੀ ਜੀ, ਪਿਛਲੀ ਵਾਰੀ ਬੜਾ ਬਲਾਕ ਲਏ ਤੇ ਮੇਰੇ ਵੀਰਾਂ ਪਸੰਦ ਕੀਤਾ ਗਿਆ। ਸੂਬੇਦਾਰ ਸਾਹਿਬ ਜਿੱਦਾਂ ਦਿਲ ਬੰਦਾ ਹੈ, ਇੱਧਰ ਵੇਖੋ ਅੱਗੋਂ ਫੜੀ ਤੇ ਨਹੀਂ ਉਹਨੇ ਦੇਖੋ, ਖੇਡਣ ਤਾਂ ਦਿਲ ਕਰਦਾ ਫਰਾਜ਼ ਸਾਹਿਬ, ਚੱਕਰ ਮਾਸ਼ਾਅੱਲਾ ਜੀ। ਕਈ ਹੁੰਦਾ ਨਾ ਅੱਗੋਂ ਫੜੀ ਹੋਵੇ, ਹੈਨਾ ਠੀਕ ਹੈ ਜੀ। ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਸਿੰਘ ਚਿੱਟੇ ਨੇ ਪਹਿਲੇ ਨੇ ਇਹ ਸੂਬੇਦਾਰ ਸਾਹਿਬ ਅੱਖ ਮੋਟੀਏ, ਮੱਥੇ 'ਚ ਬੈਂਡ ਵੀ ਵੇਖੋ ਵਾਜ਼ਿਆ ਨਜ਼ਰ ਆਉਂਦਾ ਪਿਆ। ਪੂਰਾ ਘਰ ਬੁਲਾ ਤੂੰ ਖੇਡ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਹੈਗਾ ਬ੍ਰਾਂਡ ਚੀਜ਼, ਚੌਂਗਲਾਂ ਦੇ ਵਿੱਚ ਦਾ ਕੰਨ, ਇਹ ਸੂਬੇਦਾਰ ਸਾਹਿਬ ਬ੍ਰਾਂਡ ਚੀਜ਼ ਨੇ। ਮੈਂ ਕਿਹਾ ਬੱਲੇ ਦਾ ਫੱਲਾ, ਮੇਰਾ ਪੁੱਤਰ ਵੀ ਕੰਨ ਵਿਖਾਣ ਲੱਗ ਪਿਆ। ਨਹੀਂ ਅਸਲ ਇਹਨੇ ਵਿਖਾਏ ਨੇ, ਹੁਣ ਅਸਲ ਇਹਦੇ ਕੀ ਵਿਖਾਣੇ ਨੇ, ਅਸਲ ਹੈ ਜੀ ਜੀ, ਅਸਲ ਵੇਸ਼ਾਂ ਤੇ ਅਸਲ ਹੈ ਜੀ। ਸਲਾਮੁਅਲੈਕੁਮ ਸੱਜਣੋ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਸੋਮਵਾਰ ਦਾ, ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨੌਜਵਾਨ ਤੇ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਬਲਾਲ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 8 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਗਾਵਾਂ, ਇਸ ਤੋਂ ਇਲਾਵਾ 2 ਖੂਬਸੂਰਤ ਵੱਛੀਆਂ ਵੀ ਲੈ ਕੇ ਆਏ ਨੇ, ਕਮ ਅਜ਼ ਕਮ ਕੀਮਤ ਜੀ 1,15,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਬਲਾਲ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ। ਬਲਾਲ ਸਾਹਿਬ ਕੀ ਹਾਲ ਹੈ, ਠੀਕ ਹੋ? ਠੀਕ ਠਾਕ, ਸ਼ੁਕਰ ਹੈ ਮਾਲਕ ਦਾ। ਮਾਸ਼ਾਅੱਲਾ ਜੀ, ਸਿਲਸਿਲਾਵਾਰ ਵੀਡੀਓ ਵੇ ਦੋਸਤ, ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਸ਼ੌਕ ਅੱਛਾ ਕਰਾਂਦੇ। ਮਾਸ਼ਾਅੱਲਾ ਜੀ, ਰੇਟ ਵੀ ਸੋਹਣੇ ਲਾਉਂਦੇ ਹੋ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਗਾਉਂ ਚੌਕ, ਫਲੋਰਾ ਮੇਨ, ਸਿਆਲਕੋਟ ਰੋਡ ਦੇ ਉੱਤੇ ਡੇਰਾ ਫਰਾਸਾ, ਚਮਿੰਡੇ ਤੋਂ ਵੀ 3 ਕਿਲੋਮੀਟਰ ਦੇ, ਸਿਆਲਕੋਟ ਵੱਲੋਂ ਕੋਈ 14-15 ਕਿਲੋਮੀਟਰ ਹੈ, ਭਾਗਵਾਲ ਤੋਂ ਵੀ ਅੱਗੇ 3 ਕਿਲੋਮੀਟਰ ਰੋਡ ਦੇ ਉੱਤੇ ਫਰਾਸਾ ਡੇਰਾ, ਡੇਰਾ ਸੁਖਦਰ ਵਾਕਰ ਨਾਮ ਦਾ, ਮੇਨ ਰੋਡ ਉੱਤੇ ਡੇਰਾ ਵਾਕਿਆ। ਟੋਟਲ ਅੱਜ ਮਾਸ਼ਾਅੱਲਾ ਜੀ 10 ਜਾਨਵਰ ਨੇ, ਸੂਬੇਦਾਰ ਸਾਹਿਬ ਮੌਜੂਦ ਨੇ, ਉਹਨਾਂ ਦਾ ਪੈਗਾਮ ਲੈਂਦੇ ਹਾਂ, ਫਿਰ ਸਾਰੇ ਜਾਨਵਰਾਂ ਦੀ ਇੱਕ ਇੱਕ ਕਰਕੇ ਤਸੱਲੀ ਵੀ ਕਰਾਉਂਦੇ ਹਾਂ ਜੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ। ਸੂਬੇਦਾਰ ਸਾਹਿਬ ਕੀ ਹਾਲ ਹੈ, ਠੀਕ ਹੋ? ਬੜਾ ਸੋਹਣੇ ਮਾਲਕ ਦਾ, ਬੜਾ ਫਰਾਜ਼ ਸਾਹਿਬ, ਤਈਏ ਸਾਹਿਬ, ਬੜਾ ਸੋਹਣੇ ਮਾਲਕ, ਮੇਰੀ ਤਰਫੋਂ, ਤੁਹਾਡੀ ਤਰਫੋਂ, ਮੇਰੇ ਬਰਖੁਦਾਈ ਤਰਫੋਂ, ਇਹ ਮੇਰੇ ਮਹਿਮਾਨ ਗਾਂ ਲੈਣ ਆਏ ਨੇ ਇਹਨਾਂ ਹੀ ਤਰਫੋਂ, ਇਹ ਵੀ ਆ ਜਾਓ, ਲੇਟ ਹੋ ਗਿਆ, ਆ ਜਾਓ, ਇਹ ਗਾਵਾਂ ਕੋਈ ਚੋਣ ਵਾਲੀਆਂ ਨੇ, ਦੂਜੀਆਂ ਝੋਲੀ, ਆ ਜਾਓ, ਆ ਜਾਓ, ਇਹ ਮੇਰੇ ਮਹਿਮਾਨ ਹੈ, ਪਹਿਚਾਣ ਲਿਆ, ਕੌਣ ਭਲਾ, ਇਹ ਵੀਡੀਓ ਬਣ ਲਵੇ ਫਿਰ ਤੁਹਾਨੂੰ ਦੱਸਣਾ, ਬਹੁਤ ਕਿਤੇ ਦੱਸ, ਵੀਡੀਓ ਚ ਦੱਸ ਛੱਡੋ, ਕੋਈ ਇਸ਼ੂ ਨਹੀਂ, ਕਿਉਂ ਨਹੀਂ, ਮੈਂ ਪਹਿਚਾਣ ਲਿਆ, ਆਓ ਭਾਈ ਬੈਠੋ ਤੁਸੀਂ ਵੀ, ਤੁਹਾਡੇ ਕੋਲ ਬੰਦੇ ਗਏ ਹਨ ਬੋਗਸ ਜ਼ਮੀਨ ਲੈਣ ਵਾਸਤੇ, ਤੇ ਉਹਨਾਂ ਨੂੰ ਇਹ ਗੱਲ ਮੈਂ ਸਮਝਾਈ ਸੀ ਕਿ ਇਸ ਤਰ੍ਹਾਂ ਕਦੀ ਧੀਆਂ ਦੇ ਬਾਹਰੋਂ ਬਾਹਰ ਹਿੱਸੇ ਲਈਏ ਤਾਂ ਨਹੀਂ ਲਏ ਜਾਂਦੇ, ਇੱਥੋਂ ਚੁੱਪ ਕਰਕੇ ਟੁੱਟ ਜਾਓਗੇ ਬੰਦੇ, ਵੇਖੋ ਸਹੀ ਪਹਿਚਾਣਿਆ, ਚਲੋ ਸ਼ੁਕਰ ਹੈ ਮੇਰੇ ਮਾਲਕ, ਮੈਂ ਕਿਹਾ ਮੇਰਾ ਇਹ ਯਾਰ ਦਾ ਸਹੀ ਹੈ, ਬੰਦਾ ਨਾਲ ਸੀ, ਬੰਦਾ ਨਾਲ ਸੀ, ਇਹਨੇ ਵੱਖਰੇ ਕਰਕੇ ਆਖਿਆ ਬਾਈ ਮੈਂ ਇਹਨਾਂ ਨਾਲ ਨਹੀਂ ਜਾਇਆ, ਮੈਨੂੰ ਮਤਲਬ ਹੁੰਦਾ ਉਹ ਅਸਲ 'ਚ ਮੰਨੂ ਉਹਨੇ ਥਾ ਕੇ ਮੌਤ ਮੇਰੇ ਬੰਦਾ ਇਸ ਇਲਾਕੇ ਦਾ, ਤੇ ਇਹਨੂੰ ਨਾਲ ਲੈ ਜਾਂਦੇ, ਜਦੋਂ ਤੁਹਾਨੂੰ ਉੱਥੇ ਜਾ ਕੇ ਉਹਨੇ ਗੱਲ ਸੁਣਾਉਣੀ ਸ਼ੁਰੂ ਕਰਤੀ, ਮੈਂ ਕਿਹਾ ਕਦੀ ਲੋਕਾਂ ਦੀਆਂ ਧੀਆਂ ਦੇ ਹਿੱਸੇ ਚੋਰੀ ਲੈ ਕੇ ਸੜਕਾਂ ਤੋਂ ਨਹੀਂ ਲੱਭਦੇ ਹੋ ਕਿਤੋਂ, ਮੇਰੀ ਤਰਫ ਬਜ਼ੁਰਗ ਆ ਕੇ ਇਹਨਾਂ ਦੀ ਤਰਫੋਂ, ਔਰ ਮੇਰੇ ਪੱਠੇ ਪਾਣ ਉਹਨਾਂ ਦੀ ਤਰਫੋਂ, ਸਭ ਤਰ੍ਹਾਂ ਸਲਾਮਾਂ ਲੈਕਮ ਜੀ, ਅਤੇ ਫਰਾਜ਼ ਸਾਹਿਬ ਨੇਕ ਨੀਤੀ ਨਾਲ ਕਾਰੋਬਾਰ ਕਰੋ ਨਾ, ਅਤੇ ਮੇਰਾ ਵੇਖੋ ਨਾ, ਇਹਨਾਂ ਦੀ ਗੱਲ ਤੋਂ ਗੱਲ ਲੱਗੀ ਕਿ ਕਿਸੇ ਦੀ ਚੰਗੇ ਕੰਮ ਚ ਆਓ ਫਰਾਜ਼ ਸਾਹਿਬ, ਕਦੀ ਕਿਸੇ ਭੈੜੇ ਕੰਮ 'ਚ ਨਾ ਆਓ, ਵੇਖੋ ਨਾ, ਅੱਜ ਵੀ ਉਹਨੇ ਸਿਫਤ ਕੀਤੀ ਆ ਕੇ, ਉਹਨਾਂ ਕਿਹਾ, ਮੈਂ ਕਿਹਾ ਮੈਨੂੰ ਵੈਸੇ, ਉਹਨੇ ਕਿਹਾ ਗੱਡੀ ਕੱਢੀ ਜ਼ਰਾ ਕਿੱਥੇ ਜਾਣਾ, ਅਤੇ ਮੈਨੂੰ ਜ਼ਰਾ ਕਹਿੰਦਾ ਵਾਹਵਾ ਸਮਝਿਆ ਕਿ ਨਾਗਲੇ 'ਚ ਇਸ ਇਲਾਕੇ ਦਾ ਤੂੰ ਜ਼ਰਾ ਦੂਰੋਂ ਸਨ,
ਇਹਨਾਂ ਨੂੰ ਸਮਝਾਇਆ ਤਾਂ ਉਹਨਾਂ ਨੇ ਮੈਂ ਸਮਝਾਇਆ ਮੈਂ ਇਹਦੇ ਨਿਜ਼ਾਮ ਨਹੀਂ ਚੱਲਦੇ ਅਤੇ ਮੇਰਾ ਸੋਹਣਾ ਮਾਲਕ ਇੱਥੇ ਮੇਰੇ ਵੀਰ ਵੀ ਆਉਂਦਾ ਸਾਡਾ ਚੌਰੀ ਨਵਾਜ਼ ਵੀ ਆਉਂਦਾ ਕਿ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਸਾਹਿਬ ਜੀ ਕਿ ਕਾਰੋਬਾਰ ਨਹੀਂ ਵੇਖਿਆ ਕਿ ਤਰ੍ਹਾਂ ਤਰ੍ਹਾਂ ਚਾਰ ਚਾਰ ਗੱਡੀਆਂ ਲੱਗੀਆਂ ਨੇ ਗਾਈਆਂ ਆਉਂਦੀਆਂ ਅਤੇ ਜਾਂਦੀਆਂ ਆਉਂਦੀਆਂ ਬੰਦੇ ਮਜ਼ਾ ਆਇਆ ਕਿ ਬੰਦਾ ਤੁਰ ਜਾਵੇ ਅਤੇ ਫਿਰ ਵੀ ਯਾਦ ਆਇਆ ਕੁਛ ਨਾ ਕੁਛ ਦੀ ਕੁਆਲਿਟੀ ਦੀ ਹੋਏ ਫਿਰ ਜੀ ਉੱਧਰ ਕੈਮਰਾ ਮੇਰੇ ਕੋਲ ਯਾਦ ਨਹੀਂ ਮੈਨੂੰ ਉਹਨਾਂ ਦੀ ਸ਼ਕਲਾਂ ਵੀ ਨਹੀਂ ਯਾਦ ਉਹ ਮੈਨੂੰ ਉਹਨਾਂ ਦੀ ਪਰਵਾਹ ਨਹੀਂ ਲੇਕਿਨ ਮੈਂ ਆਖਿਆ ਇਹ ਬੰਦਾ ਵਿੱਚੋਂ ਮੈਂ ਆਖਿਆ ਭਾਈ ਐਵੇਂ ਰਲਿਆ ਦਾ ਜੀ ਇਹ ਬੰਦਾ ਇਸ ਕੁਆਲਿਟੀ ਦਾ ਨਹੀਂ ਹੈ ਇਹ ਹੋਰ ਸ਼ਾਇਦ ਇਹ ਬੰਦਾ ਯਾਦ 'ਤੇ ਰਵੇ ਹੁਣ ਅਗਲੇ ਦਿਨ ਮੇਰਾ ਪੁੱਤਰ ਆਉਂਦਾ ਹੁੰਦਾ ਹੈ ਕਿ ਮੇਰਾ ਪੁੱਤਰ ਤੁਹਾਡੀ ਗੱਲ ਤੋਂ ਗੱਲ ਮੇਰਾ ਪੁੱਤਰ ਆਉਂਦਾ ਅੱਬਾ ਜੇ ਤੂੰ ਨੇਕੀ ਕਰਨਾ ਦੱਸਣਾ ਨਾ ਇਹ ਨਾ ਦੱਸਿਆ ਕਰ ਮੈਂ ਕਿਹਾ ਪੁੱਤਰ ਉਹਦੇ ਮੇਰੇ ਦੱਸਣਾ ਹੋਰ ਵੀ ਇਹਨੂੰ ਆਦਤ ਪੈ ਜਾਵੇ ਅਗਲੇ ਦਿਨ ਭਾਜੀ ਇੱਥੇ ਇੱਕ ਜ਼ਮੀਨ ਸੀ ਪਈ ਸੀ ਬੜੇ ਅਰਸੇ ਤੋਂ ਦੋ ਪਾਰਟੀਆਂ ਫਰਾਜ਼ ਸਾਹਿਬ ਗੱਲ ਦਾ ਕੋਈ ਮਕਸਦ ਹੁੰਦਾ ਮੇਰੀ ਤੱਕ ਮੈਂ ਕਦੀ ਬੇਮਕਸਦ ਨਾ ਟਾਈਮ ਜਾ ਕਦੀ ਕੀਤਾ ਤਾਂ ਨਾ ਆਪਣਾ ਤਾਂ ਨਾ ਅਗਲੇ ਦਾ ਉਹ ਦੋ ਪਾਰਟੀਆਂ ਦੀਆਂ ਸ਼ਾਮਲਾ ਨਹੀਂ ਪਈ ਹੁੰਦੀ ਵਾਸੀ ਉਹ ਪਈ ਇੱਕ ਪਾ ਅੱਧੇ ਮੁੰਡਿਆਂ ਖਣਾਨ ਵਾਣੀ ਦੇ ਖਣਾ ਨਹੀਂ ਵਾਣ ਕੇ ਚਲੋ ਬੰਦਾ ਗਰੀਬ ਵੀ ਉਹਨੂੰ ਬੁਲਾਇਆ ਠੁਰ ਗਿਆ ਬੁਲਾਉਣ ਤੋਂ ਬਗੈਰ ਮੈਂ ਨਹੀਂ ਕਦੀ ਗਿਆ ਇੱਥੇ ਜਾ ਉਹਨਾਂ ਦੇ ਐਵੇਂ ਆਉਂਦੇ ਨੇ ਪਾਰਟੀ ਚਲੋ ਮੈਨੂੰ ਬੁਲਾਇਆ ਮੈਂ ਗਿਆ ਮੈਂ ਕੀ ਰੌਲਾ ਜੀ ਉਹਨਾਂ ਕਹਿੰਦੀ ਇੱਕ ਨੇ ਆਖਿਆ ਜੀ ਹਮ ਇਹ ਜਗ੍ਹਾ ਵਾਹ ਕੇ ਨਾ ਫਰਾਜ਼ ਸਾਹਿਬ ਅਤੇ ਮਸਜਿਦ 'ਚ ਦੇਣੀ ਕਰਨੀ ਨਾ ਬਜ਼ੁਰਗਾਂ ਦੀ ਗੱਲ ਤੋਂ ਗੱਲ ਇਹ ਮਸਜਿਦ 'ਚ ਦੇਣੀ ਕਰਨੀ ਦੂਜੇ ਕਹਿਣ ਜਿਹਨੇ ਨਹੀਂ ਦੇਣੀ ਮੈਂ ਕਿਹਾ ਮੇਰੇ ਤਾਂ ਯਕੀਨ ਹੈ ਦੋਵਾਂ ਨੂੰ ਉਹਨਾਂ ਕਹਿੰਦੀ ਯਕੀਨ ਹੈ ਮੈਂ ਕਿਹਾ ਫਿਰ ਸੁਣੋ ਮੇਰਾ ਆਰਡਰ ਜਿੰਨਾ ਤੱਕ ਮੇਰੀ ਜ਼ਿੰਦਗੀ ਹੈ ਭਾਜੀ ਦੀ ਗੱਲ ਸੁਣਿਓ ਬੱਚੀ ਦੀ ਗੱਲ ਬਾਅਦ ਸੁਣਿਓ ਭਾਜੀ ਗੱਲ ਸੁਣਿਓ ਬੱਚੀ ਦੀ ਗੱਲ ਬਾਅਦ ਸੁਣਿਓ ਮੈਂ ਕਿਹਾ ਜਿੰਨਾ ਤੱਕ ਮੇਰੀ ਜ਼ਿੰਦਗੀ ਹੈ ਉਨਾ ਤੱਕ ਇਸ ਜ਼ਮੀਨ ਦੇ ਉੱਤੇ ਜਿੰਨਾ ਖਰਚਾ ਆਏਗਾ ਉਹ ਮੈਂ ਦਿਆਂ ਕਰਾਂਗਾ ਅਤੇ ਜੋ ਇਹਦੇ ਤੋਂ ਹਾਸਲ ਹੋਏਗਾ ਸਾਰਾ ਮਸਜਿਦ ਦੇ ਰਾਜ ਸਾਹਿਬ ਇਸ ਗੱਲ 'ਚ ਵਾਹ ਵਸਨ ਜੀ ਇਹ ਸਾਰਿਆਂ ਨੂੰ ਹਿੰਮਤ ਵੀ ਰੱਬ ਨਹੀਂ ਦਿੰਦਾ ਮੇਰਾ ਵੀਰ ਮੈਨੂੰ ਕਦੀ ਕਦੀ ਹੈ ਨਾ ਉਹਨਾਂ ਨੇ ਬੜਾ ਸਭ ਭਾਰ ਕੀਤਾ ਭਾਰ ਨਵਾਜ਼ ਵੀ ਹੈ ਸਰਵਰ ਹੈ ਉਹਨੇ ਕਿਹਾ ਸਭ ਬੜੀ ਦੁਨੀਆਂ ਦੇ ਵਪਾਰ ਵੀ ਵੇਖਿਆ ਤੇ ਕੰਮ ਵੀ ਵੇਖਿਆ ਲੇਕਿਨ ਇਹ ਕੰਮ ਨਹੀਂ ਵੇਖਿਆ ਕਿ ਗੱਡੀਆਂ ਨਾਲ ਹੀ ਮਾਲ ਆ ਰਹੇ ਤੇ ਗੱਡੀਆਂ ਲਾਈ ਜਾ ਰਾਜ ਸਾਹਿਬ ਵੇਖੋ ਨਾ ਇਹ ਰੱਬ ਨੇ ਸਾਰਿਆਂ ਨੂੰ ਹਿੰਮਤ ਨਹੀਂ ਦਿੱਤੀ ਹਾਂਜੀ ਜੇਲ੍ਹ ਵੀ ਮੈਂ ਕਿਹਾ ਜਿੰਨਾ ਤੱਕ ਤੇ ਇੱਕ ਹੋਰ ਕਿੱਲਾ ਡੇਢ ਕਿੱਲਾ ਪੈਲੀ ਹੈ ਮੇਰਾ ਕੰਮ ਅਜ਼ ਕੰਮ ਖਰਚਾ ਸਾਲ ਦਾ ਭੈੜਾ ਵੀ ਆਇਆ ਤੇ 50,000 ਰੁਪਏ ਇੱਕ ਵਾਰੀ ਵਾਹਣ ਬੀਜਣ ਤੇ 50-60,000 ਰੁਪਏ ਆ ਹੀ ਜਾਂਦਾ ਲੇਕਿਨ ਮੈਂ ਕਿਹਾ ਜਿੰਨਾ ਤੱਕ ਮੇਰੀ ਜ਼ਿੰਦਗੀ ਹੈ ਨਾ ਉਹਦਾ ਮੁੰਡਾ ਆਉਂਦਾ ਸੀ ਨਾ ਤੂੰ ਬੜਾ ਖੁਸ਼ ਆਉਂਦਾ ਮਾਰ ਕੇ ਜੱਫਾ ਆਉਂਦਾ ਚਾਚਾ ਦਿਲ ਖੁਸ਼ ਕਰ ਛੱਡੀ ਫਾਜ਼ ਸਾਹਿਬ ਅਗਲੇ ਦਿਨ ਦੀ ਗੱਲ ਤਾਂ ਮੇਰਾ ਰਹਿਣ ਦੇ ਆਖਣਗੇ ਆਪਣੀ ਹੁਣ ਸਿਫਤਾਂ ਕਰਦਾ ਪਿਆ ਅਤੇ ਸੋਹਣੇ ਮਾਲ ਦੇ ਕਰਮ ਨਾਲ ਫਰਾਜ਼ ਸਾਹਿਬ ਕਿਸੇ ਦੀ ਭੈੜੇ 'ਚ ਕਦੀ ਨਾ ਜਦੋਂ ਵੀ ਕਿਤੇ ਚੰਗੇ 'ਚ ਆਓ ਕਿਉਂਕਿ ਨਾ ਅੱਜ ਬਜ਼ੁਰਗਾਂ ਨੇ ਮੈਨੂੰ ਗੱਲ ਯਾਦ ਕਰਾ ਰਹੀ ਉਹ ਲੱਗੇ ਹਨ ਐਵੇਂ ਡੈਸ਼ਾਂ ਮਾਰਨ ਉਹ ਮੈਂ ਕਿਹਾ ਅੱਗੇ ਬੰਦੇ ਵੇਖੋ ਤਾਂ ਛਿੱਤਰ ਖਾਓਗੇ ਆਈਏ ਤੂੰ ਆਹ ਸਟਾਮ ਝੂਠਾ ਕਰਾਏ ਆ ਇਹਨਾਂ ਦੀ ਮੈਂ ਕਿਹਾ ਕੋਈ ਭਲੇਵੀਆਂ ਹਨ ਨਾ ਉਹਨਾਂ ਕਦੇ ਤੁਸੀਂ ਕਿਹੜੇ ਕੰਮ ਪੇ ਕਰ ਰਹੇ ਤੁਸੀਂ ਮੈਨੂੰ ਦੱਸਣਾ ਸਹੀ ਕਿ ਇਸ ਕੰਮ ਨੂੰ ਅਸੀਂ ਨਾਲ ਆਉਣ ਡੇ ਤਾਂ ਮੈਨੂੰ ਕਿਤੇ ਨਾਲ ਲੈ ਆਉਂਦਾ ਯਾਰ ਅੱਜ ਉਹਨਾਂ ਬਜ਼ੁਰਗ ਆਉਂਦੇ ਆ ਕਿ ਮੈਨੂੰ ਪਹੁੰਚਾ ਲਿਆ ਮੈਂ ਪਹੁੰਚਾ ਲਿਆ ਅਤੇ ਫਰਾਜ਼ ਸਾਹਿਬ ਮਾਲਦਾਰੀ ਸੀ 24 ਘੰਟੇ 18-19-20 ਗਾਵਾਂ ਹੁੰਦੀਆਂ ਨੇ ਲੈ ਕੇ ਆਈ ਦੀਆਂ ਨੇ ਅਤੇ ਜਿਹੜੇ ਮੇਰੇ ਭਰਾ ਆਉਂਦੇ ਰਹਿੰਦੇ ਨੇ ਸਰਕਟ 'ਚ ਉਹ ਵੀਡੀਓ ਵਾਲੀਆਂ ਵੀ ਲਈ ਜਾਂਦੇ ਜਿਹੜੀਆਂ ਦੁਬਾਰਾ ਹੀ ਲੈ ਕੇ ਉਹ ਵੀ ਲਈ ਜਾਂਦੇ ਅਤੇ ਜਾਇਜ਼ ਮੁੱਲ ਅਤੇ ਸੋਹਣੇ ਜ਼ਰਾ ਮਿਆਰ ਮੈਂ ਨਾ ਅੱਗੇ ਨਾਲੋਂ ਦਰਖਤ ਅੱਪ ਕੀਤਾ ਆਵੇ ਮੈਂ ਭਰਾਵਾਂ ਨੂੰ ਕਹਾਂਗਾ ਅੱਗੇ ਗੱਲ ਕਰਦਾ ਤਾਈਆ ਕਿ ਮਿਆਰ ਅੱਗੇ ਨਾਲੋਂ ਨਾ ਅਤੇ ਮਿਆਰ ਵੀ ਵੇਖਣਾ ਵੇ ਨਿਰਾ ਇਹ ਨਹੀਂ ਵੇਖਣਾ ਕਿ ਮੁੱਲ ਲੇਕਿਨ ਮੁੱਲ ਮੇਰੇ ਉਹ ਹੀ ਨੇ ਕਿ ਮਿਆਰ ਵੀ ਵੇਖਣਾ ਅਤੇ ਨਸਲਾਂ ਵੀ ਵੇਖਣੀਆਂ ਅਤੇ ਥੱਲਿਓ ਵੀ ਵੇਖਣੀਆਂ ਅਤੇ ਸੋਹਣੇ ਮਾਲ ਉੱਧਰ ਆ ਮੇਰੇ ਪੁੱਤਰਾ ਦੀਵਾ ਉੱਥੇ ਹੀ ਬਲਦਾ ਜਿੱਥੇ ਨੀਤਾਂ ਵੱਧ ਨੀਤਾਂ ਦਾ ਅੱਜ ਤੱਕ ਦੀਵਾ ਨਹੀਂ ਮੈਂ ਬਲਦਾ ਮੇਰਾ ਪੁੱਤਰ
ਨੀਯਾਂ ਦਾ ਕਾਰੋਬਾਰ ਕਰੇਗਾ ਤੇ ਮੇਰਾ ਸੋਹਣਾ ਮਾਲਕ ਵੀ ਤੇਰਾ ਸਾਥ ਦੇਗਾ। ਆਵਾਮ ਜਿਹਦੇ ਤੇ ਰਾਜ਼ੀ ਹੁੰਦੀ ਉਹ ਤੇ ਮੇਰਾ ਸੋਹਣਾ ਮਾਲਕ ਵੀ ਰਾਜ਼ੀ ਹੋ ਜਾਂਦਾ ਹੈ ਜੀ। ਦੇਖੋ ਨਾ ਕਿ ਸੋਹਣਾ ਮਾਲਕ ਵੀ ਰਾਜ਼ੀ ਹੋ ਜਾਂਦਾ ਤੇ ਜਦੋਂ ਤੇ ਸੋਹਣਾ ਮਾਲਕ ਰਾਜ਼ੀ ਹੋ ਗਿਆ ਉਹਦਾ ਨਾ ਕੋਈ ਤੋੜ ਹੀ ਤੇ ਨਾ ਕੋਈ ਜੋੜ ਹੀ ਤੇ ਨਾ ਕੋਈ ਮੁਕਾਬਲਾ ਹੀ। ਜਾ ਮੇਰੇ ਸੋਹਣੇ ਮਾਲਕ ਦੇ ਕਰਮ ਪ੍ਰਾਤ ਸਾਹਿਬ, ਜੇ ਤੇ ਮੇਰਾ ਸੋਹਣਾ ਮਾਲਕ ਤੇ ਸੋਹਣਾ ਮਾਲਕ ਉਹਦੇ ਤੇ ਰਾਜ਼ੀ ਹੁੰਦਾ ਜੀ ਜਿਹਦੇ ਤੇ ਇਹ ਆਵਾਮ ਰਾਜ਼ੀ ਹੁੰਦੀ ਹੈ। ਆਹ ਸੁਬਾਹ ਵੇਖੋ ਨਾ ਇਹ ਪੁੱਤਰ ਆ ਹੀ ਲੈਣ ਨਾਲ ਇਹਦੇ ਮਾਮੂ ਆਏ ਨੇ ਤੇ ਪਿੱਛੇ ਫੋਨ ਅੱਬੂ ਨੂੰ ਕਰਦੇ ਹਨ। ਮੈਂ ਕਿਹਾ ਮੈਂ ਨਹੀਂ ਤੁਹਾਨੂੰ ਗਾਂ ਦੇਣੀ, ਇੰਝ ਗੱਲ ਪੁੱਤਰਾ ਮੈਂ ਕਿਹਾ ਜਾਓ ਅੱਬੂ ਨੂੰ ਲੈ ਕੇ ਆਓ, ਅੱਬੂ ਤੁਹਾਡਾ ਪਸੰਦ ਕਰੇਗਾ ਤੇ ਫਿਰ ਮੈਨੂੰ ਪਤਾ ਹੀ ਗਾਂ ਦੇ ਨਾ ਮੇਰੇ ਕੋਲ ਲੈਣੀ ਗਾਂ ਨਹੀਂ ਹੋਣਾ ਜਦੋਂ ਮੇਰੇ ਕੋਈ ਆ ਜਾਏ ਨਾ ਜਾਂਦਾ ਨਹੀਂ। ਇਹ ਬੰਦੇ ਸਵੇਰੇ ਆਏ ਮੇਰੇ ਕੋਲ ਇੱਕ ਐਤ ਇੱਕ ਹੈ ਕਹਿੰਦੇ ਨਹੀਂ ਸ਼ਹਿਰੋਂ ਗਾਂ ਲੈਣ ਚੱਲੇ ਆ ਇੱਧਰ ਫਰਾਜ਼ ਸਾਹਿਬ, ਇਹ ਵਪਾਰ ਹੈ ਬੜਾ ਔਖਾ ਬਹੁਤ ਮੁਸ਼ਕਲ ਹੈ। ਇਹ ਕਹਿੰਦੇ ਸ਼ਹਿਰੋਂ ਗਾਂ ਲੈਣ ਚੱਲੇ ਆ, ਮੈਂ ਗਾਵਾਂ ਤੂੰ ਦੇ ਮੁੱਲ ਦੱਸੇ, ਮੈਂ ਕਿਹਾ ਤੁਸੀਂ ਗਾਂ ਅੱਗੋ ਲੈ ਮੈਂ ਵਪਾਰ ਛੱਡ ਛੱਡਗੇ ਇੰਝ ਗੱਲ ਆਖੀ, ਮੈਂ ਮੁੱਲ ਦੱਸੇ ਤੂੰ ਗਾਵਾਂ ਦੇ ਇਹਨਾਂ ਪਸੰਦ ਕੀ, ਮੈਂ ਤੁਸੀਂ ਅੱਗੋ ਇਹ ਉੱਧਰ ਕਰਿਓ ਉੱਧਰ ਉਹ ਭਾਅ ਬੜਾ ਭਾਅ, ਮੈਂ ਕਿਹਾ ਤੁਸੀਂ ਗਾਂ ਅੱਗੋ ਲੈ ਮੈਂ ਵਪਾਰ ਛੱਡ ਛੱਡਾਂਗਾ, ਇਹ ਬੜਾ ਔਖਾ ਕੰਮ ਹੈ। ਮੈਂ ਗਾਂ ਮੇਰੇ ਕੋਲ ਖੜੋ ਕੇ ਮੇਰੇ ਕੋਲ ਆ ਗਿਆ ਤੁਹਾਨੂੰ ਤਵੀਤ ਪੈ ਗਿਆ ਤਾਂ ਜਾਦੂ ਹੋ ਗਿਆ, ਮੈਂ ਮੁੱਲ ਹੀ ਉਹ ਦੱਸ ਸ਼ੁਰੂ ਕਰੋ ਜੀ। ਇਹਦਾ ਭਾਵਨਾ ਥੋੜ੍ਹਾ ਜਿਹਾ ਮੈਨੂੰ ਜਜ਼ਬਾਤੀ ਕੀਤਾ। ਆਓ ਜੀ ਬਿਲਾਲ ਸਾਹਿਬ ਮਾਸ਼ਾਅੱਲਾ ਜੀ, ਵੈਡ ਨੰਬਰ 1 ਆ ਗਈ ਢੋ ਰਿਹਾ ਭਾਈ ਅਮਰ ਸਾਹਿਬ ਮਾਸ਼ਾਅੱਲਾ ਜੀ ਗੱਬਣ ਹੈ ਜੀ। ਹਾਂਜੀ ਫਰਾਜ਼ ਸਾਹਿਬ ਗੱਬਣ ਹੈ ਮਾਸ਼ਾਅੱਲਾ। ਇਹ ਕਿੰਨਵਾਂ ਸੁਆ ਸੁਣਿਆ ਬਿਲਾਲ ਸਾਹਿਬ ਨੇ? ਇਹਨੇ ਫਰਾਜ਼ ਭਾਈ ਦੂਸਰਾ ਸੁਆ ਸੁਣਾ ਜੀ, ਸੁਆ ਦੂਸਰਾ ਸੁਣਿਆ ਮਾਸ਼ਾਅੱਲਾ ਜੀ। ਥਣ ਸੋਹਣੇ ਪਾਵਰਫੁਲ ਮੱਝਾਂ ਵਾਲੇ ਲੱਗੇ ਨੇ, ਹਲੇ ਕੱਚੀ ਹੈ, ਪੁੱਠਾ ਵੀ ਦੋਸਤਾਂ ਵੇਖਣਾ ਪੂਰੀ ਪਹਿਲਵਾਨ ਮਾਸ਼ਾਅੱਲਾ ਜੀ ਚੀਜ਼, ਪੁੱਠਾ ਵੀ ਮੱਝਾਂ ਦਾ ਲੇਖਾ ਚੋੜਾ ਮਾਸ਼ਾਅੱਲਾ ਜੀ। ਦਿਨ ਕਿੰਨੇ ਕੁ ਲੈ ਰਹੀ ਹੈ ਜੀ? ਛੋਟੇ ਤੁਸੀਂ ਉੱਥੇ ਬੈਠੋ ਪੁੱਤਰ, ਦਿਨ ਕਿੰਨੇ ਕੁ ਲੈ ਰਹੀ ਹੈ ਬਿਲਾਲ ਸਾਹਿਬ? 6 ਕਲਿੰਦੀ ਜੀ ਮਾਨ ਬਾਈ, ਇੱਥੇ ਲੰਮੀ ਕਰੋ ਜ਼ਰਾ, ਇੱਧਰ ਕੈਮਰੇ 'ਚ ਪੂਰੀ ਨਜ਼ਰ ਆਇਆ। ਦਿਨ 6 ਕਲਿੰਦੀ ਹੈ ਭਾਈ, ਰਵੇਲ ਦੀ ਕਾਫੀ ਮਾਸ਼ਾਅੱਲਾ ਜੀ, ਕ੍ਰਾਸ ਬਰੀਡ, ਪ੍ਰਿੰਟ ਵੀ ਜ਼ਬਰਦਸਤ ਹੈ, ਸੁਬਾ ਦੂਸਰਾ ਸੋਹਣਾ ਮਾਸ਼ਾਅੱਲਾ ਜੀ, ਥਣ ਸੋਹਣੇ ਪਾਵਰਫੁਲ ਮੱਝਾਂ ਦੇ ਲੱਗੇ ਨੇ, ਥਣ ਵੀ ਦੋਸਤਾਂ ਵੇਖ ਲੈਣੇ ਨੇ। ਨਸਲ ਕੀ ਹੈ ਬਿਲਾਲ ਸਾਹਿਬ ਦੀ? ਬਿਲਾਲ ਸਾਹਿਬ ਜਰਸੀ ਤੇ ਚੁਲਸਤਾਨੀ ਕ੍ਰਾਸ ਹੈ ਮਾਸ਼ਾਅੱਲਾ। ਜਰਸੀ ਤੇ ਚੁਲਸਤਾਨੀ ਕ੍ਰਾਸ, ਆਹ ਸਾ ਕੀ ਹੁੰਦਾ ਪਿਆ ਤੁਹਾਨੂੰ? ਬੜੀ ਮਾਸ਼ਾਅੱਲਾ ਡਰਦੀ ਵੀ ਕੈਮਰੇ, ਚਲੋ ਆਈਓ ਕੈਮਰੇ ਤੋਂ ਡਰਦੀ ਵੀ ਫਿਰ ਨਾ ਹੋ ਛੇੜੋ ਹੋਰ ਡਰੇ ਦੀ, ਲਿਆਓ ਭਾਈ ਪਰਤਾ ਕੇ। ਜਰਸੀ ਤੇ ਚੁਲਸਤਾਨੀ ਕ੍ਰਾਸ ਹੈ ਮਾਸ਼ਾਅੱਲਾ ਜੀ, ਰਵੇਲ ਕਾਫੀ, ਕ੍ਰਾਸ ਬਰੀਡ ਹੈ, ਗਰਮੀਆਂ ਦਾ ਤੋਹਫਾ ਜੀ ਮਾਸ਼ਾਅੱਲਾ ਜੀ। ਲੰਮੀ ਢੋਰਿਓ, ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਲੰਮੀ ਢੋਰ ਕੇ ਖੜੇ ਅਮਰ ਸਾਹਿਬ, ਲੋ ਜੀ ਦੋਸਤੋ ਮਾਸ਼ਾਅੱਲਾ ਜੀ, ਮੁਕੰਮਲ ਨਜ਼ਾਰਾ ਕਰਨਾ, ਪੁੱਠਾ ਵੀ ਦੋਸਤਾਂ ਵੇਖਣਾ ਅਮਰ ਸਾਹਿਬ। ਲਿਆਓ ਜੀ ਅੱਗੋਂ ਨੰਬਰ 2 ਵਾਲੀ ਜੀ ਬਿਲਾਲ ਸਾਹਿਬ, ਕੀ ਕੀਮਤ ਹੈ ਜੀ ਵੈਡ ਨੰਬਰ 1 ਦੀ? ਅਮਰ ਇੱਧਰ ਕਾਲੇ ਥਨ ਲੱਗੇ ਨੇ, ਬਲੈਕ ਹੀ ਪ੍ਰਿੰਟ ਹੈ ਬਾਈ। ਲੰਮੀ ਟੁਰ ਕੇ ਖੜੋ ਮਾਸ਼ਾਅੱਲਾ ਜੀ, ਸੋਹਣੇ ਮੁੱਠੀ ਥਨ ਨੇ। ਕਿੰਨਵਾ ਸੁਆ ਜੀ ਬਿਲਾਲ ਸਾਹਿਬ ਦਾ? ਸੁਆ ਦੂਸਰਾ ਸੋਹਣਾ ਮਾਸ਼ਾਅੱਲਾ ਜੀ। ਲਿਬਾਸ ਵੀ ਦੋਸਤਾਂ ਵੇਖਣਾ, ਦਿਨ ਕਿੰਨੇ ਕੁ ਲੈਂਦੀ ਹੈ? ਦਿਨ ਤਕਰੀਬਨ 6 ਕਲਿੰਦੀ ਮਾਸ਼ਾਅੱਲਾ ਜੀ, ਸੋਹਣੇ ਮੁੱਠੀ ਥਣ ਲੱਗੇ ਨੇ। ਲਿਬਾਸ ਦੋਸਤਾਂ ਫਿਰ ਚੈੱਕ ਕਰਨਾ ਬਾਈ, ਇਹਦਾ ਚਿਹਰਾ ਚੈੱਕ ਕਰਾਓ ਮਾਸ਼ਾਅੱਲਾ ਜੀ, ਇਹ ਵੀ ਝੁੰਗੀ ਹੈ ਮਾਸ਼ਾਅੱਲਾ ਜੀ, ਸਿੰਘ ਵੀ ਐਵੇਂ ਛੋਟੇ ਛੋਟੇ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ ਮਾਸ਼ਾਅੱਲਾ ਜੀ। ਕੀ ਨਸਲ ਹੈ ਬਿਲਾਲ ਸਾਹਿਬ ਦੀ? ਫਿਲਹਾਲ ਸੁਬਾਹ ਦੂਸਰਾ ਸੋਹਣਾ ਮਾਸ਼ਾਅੱਲਾ ਜੀ, ਲਿਬਾਸ ਵੀ ਦੋਸਤਾਂ ਵੇਖਣਾ, ਪੁੱਠਾ ਵੀ ਚੈੱਕ ਕਰ ਲੈਣਾ, ਜਰਸੀ ਤੇ ਫਰੀਜ਼ੀਅਨ ਕ੍ਰਾਸ।
ਜੀ ਬਿਲਾਲ ਸਾਹਿਬ ਕੀ ਕੀਮਤ ਹੈ ਜੀ ਵਾਰਡ ਨੰਬਰ 2 ਦੀ? ਮਾਸ਼ਾਅੱਲਾ ਜੀ ਆਹ ਚੈੱਕ ਕਰੋ ਜੀ, ਦੁੱਧ ਵੀ ਮਾਸ਼ਾਅੱਲਾ 22-23 ਕਿਲੋ ਦਾ ਭਾਰ ਨਹੀਂ ਵੈੜੀ। ਠੀਕ ਹੈ, ਇਹਦਾ ਫਰਾਸਾ ਪੈਕੇਜ ਜੀ ਹੈ। ਕਿੰਨਾ ਰੇਟ ਦਾ? 2,65,000। 2,65,000। ਇੱਕ ਹੋਰ ਗੱਲ ਵੀ ਵਿਖਾਈ ਵੇਖੋ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ। ਮਾਸ਼ਾਅੱਲਾ ਜੀ, ਇਹ ਦਿਨ ਤਾਂ ਦਿਲ ਕਰਦਾ ਫਰਾਜ਼ ਸਾਹਿਬ। ਜੀ ਜੀ, ਪਿਛਲੀ ਵਾਰੀ ਬੜਾ ਬਣਾ ਲਿਆ ਤੇ ਮੇਰੇ ਵੀਰਾ ਪਸੰਦ ਕੀਤਾ ਹੋਏਗਾ। ਸੂਬੇਦਾਰ ਸਾਹਿਬ ਜਿੱਦਾਂ ਦਿਲ ਬੰਦਾ ਹੈ, ਇੱਧਰ ਵੇਖੋ ਅੱਗੋਂ ਫੜੀ ਤੇ ਨਹੀਂ ਉਹਨੇ ਹੱਥ ਰੱਖ, ਦੇਖੋ ਖੇਡਣ ਦਾ ਦਿਲ ਕਰਦਾ ਫਰਾਜ਼ ਸਾਹਿਬ। ਆ ਚੱਕਰ ਮਾਸ਼ਾਅੱਲਾ ਜੀ, ਕਹੀ ਹੁੰਦਾ ਨਾ ਅੱਗੋਂ ਫੜੀ ਹੋਵੇ ਹੈਨਾ। ਠੀਕ ਹੈ ਠੀਕ ਹੈ ਜੀ, ਜ਼ਿੰਦਾਬਾਦ। ਚਲੋ ਇੱਧਰ ਕਰਨਾ ਆਂਦੇ ਆ ਦੇਖੋ। ਹਾਂ ਮਾਸ਼ਾਅੱਲਾ ਜੀ, ਬਿਹਤਰ ਹੋ ਗਿਆ। 2,65,000 ਰੁਪਏ ਬਈ ਲਿਆਓ ਜੀ ਨੰਬਰ 3 ਵਾਲੀ। ਇੱਕ ਹੋਰ ਵੇਖਿਓ ਭਾਈ ਜਾਨ, ਤੁਸੀਂ ਬੈਠੋ ਜ਼ਰਾ ਉੱਥੇ, ਆ ਜਾਨਵਰ ਡਰਦੇ ਨੇ ਫਿਰ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਜੀ। ਇੱਕ ਮਿੰਟ ਬਾਅਦ ਉਤਰਾ ਵੇਖੋ, ਇੱਕ ਮਿੰਟ ਆ ਚੈੱਕ ਕਰੋ। ਪਹਿਲਾਂ ਨੇ ਪਹਿਲਾਂ ਮਾਸ਼ਾਅੱਲਾ ਜੀ, ਪਹਿਲਾਂ ਵੇਖੋ ਥਣ ਵੀ ਸੋਹਣੇ ਕਾਲੇ ਮਾਸ਼ਾਅੱਲਾ ਜੀ, ਸੋਹਣੇ ਥਣ ਇਹ ਹਲੇ ਕੱਚੀ ਹੈ। ਹਾਂਜੀ ਹਾਂਜੀ ਕੱਚੀ, ਤੇ ਤਾਂ ਦਿਨ ਕੱਟ ਦਿਆ ਜਿਹਨੇ ਕੋਈ 4-5 ਲਿਆਓ ਬਾਈ, ਟੋਰ ਕੇ ਲਿਆਓ ਜ਼ਰਾ ਕੱਚੀ ਫਰਾਜ਼ ਸਾਹਿਬ। ਨਸਲ ਬੜੀ ਹੈ ਮਾਸ਼ਾਅੱਲਾ ਜੀ, ਸਿੰਘ ਚਿੱਟੇ ਨੇ। 4-5 ਦਿਨ ਲੈ ਲਓ ਨਾ ਜੀ, ਉਹ ਮੇਰੇ ਸੋਹਣੇ ਮਾਲ ਦੇ ਕਰਮ ਤਿਆਰ ਹੁੰਦੇ ਆਉਂਦੇ ਆ ਨਾ, ਕੋਈ 4 ਦਿਨ ਲਾ ਹੋਈਏ ਨਾ ਦੱਸਾਂ, ਉਹ ਚੰਗੀ ਲੱਭ ਜੇ ਅੱਗੋਂ ਮੇਰੇ ਭਰਾਵਾਂ ਨੂੰ ਅੱਗੋਂ ਚੰਗੀ ਲੱਭ ਜਾਂਦੀ ਜੀ। ਬਿਹਤਰ ਹੋ ਗਿਆ ਲਾਲ ਸਾਹਿਬ, ਖਿਲਾਰੋ ਹੁਸਨ ਵੇਖੋ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰੇ ਦੀ ਖੂਬਸੂਰਤੀ ਵੇਖਣੀ ਹੈ। ਸਿੰਘ ਚਿੱਟੇ ਨੇ ਪਹਿਲਾਂ ਨੇ ਇਹ ਸੂਬੇਦਾਰ ਸਾਹਿਬ ਅੱਖ ਮੋਟੀ ਹੈ, ਮੱਥੇ 'ਚ ਬੈਂਡ ਵੀ ਵੇਖੋ ਵਾਜ਼ਿਆ ਨਜ਼ਰ ਆਉਂਦਾ ਪਿਆ ਪੂਰਾ ਘਰ ਬੁਲਾ ਤੂੰ ਖੇਡ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਇਹ ਵੇ ਬ੍ਰਾਂਡ ਚੀਜ਼, ਚੌਂ ਉਂਗਲਾਂ ਦੇ ਵਿੱਚ ਦਾ ਕੰਨ ਇਹ ਸੂਬੇਦਾਰ ਸਾਹਿਬ ਬ੍ਰਾਂਡ ਚੀਜ਼ ਨੇ। ਮੈਂ ਕਿਹਾ ਬੱਲੇ ਦਾ ਬੱਲਾ, ਮੇਰਾ ਪੁੱਤਰ ਵੀ ਕੰਨ ਵਿਖਾਣ ਲੱਗ ਪਿਆ। ਨਹੀਂ ਅਸਲ ਇਹਨੇ ਵਿਖਾਏ ਨੇ ਹੁਣ, ਅਸਲ ਇਹਦੇ ਕੀ ਵਿਖਾਣੇ ਨੇ, ਅਸਲ ਹੈ ਜੀ ਸੋਹਣੇ ਕਾਲੇ ਥਣ ਲੱਗੇ ਨੇ। ਸੋਆ ਪਹਿਲਾਂ ਸੁਣਿਆ ਨੰਬਰ 3 ਤੇ ਚੈੱਕ ਕਰਾਨੇ ਆਪੇ, ਦਿਨ ਕਿੰਨੇ ਕਲੈਰੀ ਹੈ ਜੀ? ਦਿਨ ਫਰਾਜ਼ ਸਾਹਿਬ 8 ਕੁ ਲੈ ਜੀ, 8 ਕੁ ਦਿਨ ਲੈਂਦੀ ਭਾਈ। ਪਰ ਤਾਂ ਕਿਤੇ ਜ਼ਰਾ ਲੰਮੀ ਕਰਿਓ, ਰਵੇਲ ਚੈੱਕ ਕਰਾਇਓ। ਨਸਲ ਬੜੀ ਹੈ, ਹੁਸਨ ਕਾਫੀ ਹੈ, ਪ੍ਰਿੰਟ ਦੋਸਤਾਂ ਵੇਖਣਾ ਪਹਿਲਾਂ ਹੋ ਕੇ। ਮਾਸ਼ਾਅੱਲਾ ਜੀ ਥਣ ਵੀ ਸੋਹਣੇ ਲੱਗੇ ਨੇ, ਅੱਖ ਮੋਟੀ ਹੈ। ਇੱਕ ਮੇਰਾ ਬੜਾ ਲਾਡਲਾ ਤੇ ਪਿਆਰਾ ਦੋਸਤ ਹਾਜੀ ਸਾਹਿਬ ਏ, ਆ ਉਹ ਵੀਡੀਓ ਵੀ ਬਣਾ ਦੇਣ ਤੁਹਾਡੇ ਕੋਲੋਂ ਜੀ, ਵਿਖਾਉਣ ਲੱਗਾ ਕਿ ਇਸ ਤਰ੍ਹਾਂ ਸਾਹਿਬ ਹਾਜੀ ਸਾਹਿਬ ਇੰਜ ਸਾਰੇ ਪਿਆਰ ਨਹੀਂ ਕਰ ਸਕਦੇ, ਇੰਜ ਸਾਰੇ ਹੀ ਕਰ ਲੈਂਦੇ ਨੇ, ਇੰਜ ਕੋਈ ਕੋਈ ਕਰ ਸਕਦਾ ਜੀ। ਬਿਹਤਰ ਹੋ ਗਿਆ ਟੋਰਿਓ ਭਾਈ ਅਮਰ ਸਾਹਿਬ, ਕੀ ਨਸਲ ਹੈ ਜੀ ਬਿਲਾਲ ਸਾਹਿਬ ਦੀ, ਲੰਮੀ ਟੋਰਿਓ ਜ਼ਰਾ। ਨਸਲ ਬੜੀ ਹੈ ਮਾਸ਼ਾਅੱਲਾ ਜੀ, ਰੇਟ ਹੁੰਦਾ ਚੀਜ਼ ਦਾ ਨਸਲ ਦਾ, ਨਸਲ ਚੰਗੀ ਹੈ। 2,55,000 ਤੇ ਹੁਣ 2,50 ਹੋ ਗਿਆ ਮਾਸ਼ਾਅੱਲਾ ਜੀ। ਠੀਕ ਹੈ ਜੀ, ਬਿਹਤਰ ਹੋ ਗਿਆ ਜੀ, ਸੋਹਣੀ ਚੀਜ਼ ਮਾਸ਼ਾਅੱਲਾ ਜੀ। ਹਾਂਜੀ ਅੱਗੇ ਭਾਈ ਲਿਆਓ ਜੀ, ਠੀਕ ਹੈ ਅੱਗੇ ਭਾਈ ਲਿਆਓ ਜੀ ਨੰਬਰ 4 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ, ਇਹ ਵੀ ਅੱਜ ਦੀ ਵੀਡੀਓ ਦਾ ਤੋਹਫਾ ਹੀ ਆ ਗਿਆ। ਆ ਵੀ ਮੋਨੀ ਹੈ, ਕੰਨ ਦੇ ਵੀ ਛੋਟੇ ਨੇ ਮਾਸ਼ਾਅੱਲਾ ਜੀ, ਬੋਦੀ ਵੀ ਦੋਸਤਾਂ ਵੇਖਣੀ ਹੈ। ਆ ਵੀ ਗੱਬਣ ਹੈ ਜੀ, ਕਿੰਨਵਾ ਸੁਹਾ ਬਲਾਲ ਸਾਹਿਬ ਦਾ ਸਾਹਿਬ, ਇਹਨੇ ਦੂਸਰਾ ਸੋਹਾ ਦੂਸਰਾ ਸੋਹਣਾ ਮਾਸ਼ਾਅੱਲਾ ਜੀ। ਲਿਬਾਸ ਦੋਸਤਾਂ ਵੇਖਣਾ, ਦਿਨ ਕਿੰਨੇ ਕਲੈਰੀ ਹੈ ਜੀ?
ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ, ਪੂਰੀ ਬ੍ਰਾਂਡ ਚੀਜ਼ ਹੈ, ਸ਼ੋ ਪੀਸ ਹੀ ਸੂਬੇਦਾਰ ਸਾਹਿਬ ਬਾਬੀ ਦਿਨ ਤਕਰੀਬਨ ਕੋਈ 7 ਕਿਲੋ ਸਵਾ ਦੂਸਰਾ ਸੋਹਣਾ ਮਾਸ਼ਾਲਾ ਜੀ, ਨੰਬਰ ਆ ਗਈ 4 ਤੇ, ਹਾਈਟ ਵੀ ਦੋਸਤਾਂ ਵੇਖਣੀ, ਥਣ ਵੀ ਸੋਹਣੇ ਮੁੱਠੀ ਨੇ ਮਾਸ਼ਾਲਾ, ਕੀ ਨਸਲ ਹੈ ਬਿਲਾਲ ਸਾਹਿਬ ਦੀ? ਕਈ ਦੋਸਤਾਂ ਨੂੰ ਪਤਾ ਲੱਗਦਾ, ਫਿਰ ਕਮੈਂਟ ਕਰਕੇ ਕਹਿੰਦੇ ਨੇ ਭਾਈ ਅਸੀਂ ਨਵੇਂ ਆ, ਸਾਨੂੰ ਪਤਾ ਲੱਗਦਾ, ਖੋਲ ਕੇ ਦੱਸੋ ਡੱਚ ਤੇ ਫਰੀਜ਼ੀਅਨ ਪੂਰੀ ਮਾਸ਼ਾਅੱਲਾ ਜੀ, ਅਸਲੀ ਤੇ ਨਸਲੀ ਚੀਜ਼ ਹੈ, ਸਵਾ ਦੂਸਰਾ ਸੋਹਣਾ, ਨੰਬਰ ਆ ਗਈ 4 ਤੇ, ਠੀਕ ਹੈ ਸੂਬੇਦਾਰ ਸਾਹਿਬ ਪਰਤਾ ਕੇ ਲਿਆਵੋ ਫਿਲਮਾਂ ਦੇ ਵਿੱਚ ਵਾਲ ਬੰਨਦੇ ਆਪਣੇ ਜੀ, ਵੇਖੋ ਮੇਰੇ ਰੱਬ ਨੇ ਆਪੇ ਹੀ ਵਾਲ ਵਾੜੇ ਨੇ ਮਾਸ਼ਾਅੱਲਾ, ਕੰਨ ਛੋਟੇ ਛੋਟੇ ਵੇਖੋ, ਅੱਖ ਮੋਟੀ ਮਾਸ਼ਾਅੱਲਾ ਜੀ, ਠੀਕ ਹੈ, ਪਾਨ ਪੱਤਾ ਵੀ, ਬੋਧੀ ਵੀ, ਨਸਲ ਵੀ ਚੰਗੀ, ਲਿਬਾਸ ਵੀ ਉਹਦਾ, ਅੱਖ ਮੋਟੀ, ਕੰਨ ਛੋਟੇ, ਇਹ ਹੀ ਨਸਲ ਹੁੰਦੀ ਹੈ, ਬਿਲਕੁਲ ਜੀ, ਨਸਲ ਨਜ਼ਰ ਹੁੰਦੀ ਵੀ ਸੂਬੇਦਾਰ ਸਾਹਿਬ, ਜਿਹੜੀ ਨੰਬਰ 3 ਤੇ ਚੈੱਕ ਕਰਾਈਏ ਤੇ ਨੰਬਰ 4 ਤੇ, ਸਭ ਤੋਂ ਅੱਜ ਡਾਡੀਆਂ ਨਸਲਾਂ ਦੋ ਹੀ ਨੇ, ਲਿਆਓ ਜੀ ਅੰਮ੍ਰਿਤ ਸਾਹਿਬ ਟੋਰ ਕੇ ਜੀ, ਬਲਾਲ ਸਾਹਿਬ ਕੀ ਰੇਟ ਹੈ ਜੀ ਬੈਡ ਨੰਬਰ 4 ਦਾ? ਲਿਬਾਸ ਵੀ ਖਾਣੇ ਤੇ ਰੱਖ ਨਾ, ਬਲਾਲ ਨੇ ਕੀ ਖਾਇਆ, ਮੈਂ ਤਾਂ ਪਿੱਛੋਂ ਵੀ ਖਾਣੀ, ਆਓ ਜੀ ਰਾਜ ਸਾਹਿਬ ਇੱਥੇ ਥੱਲੇ ਖੜੇ ਸੀ, ਠੀਕ ਹੈ, ਵੇਖਿਓ ਮੇਰੇ ਸੋ, ਇਹ ਜੇ ਇਹ ਮੇਰੇ ਮਾਲਕਾ ਵੇਖੋ, ਹਾਂ ਜੀ ਬਿਹਤਰ ਹੋ ਗਿਆ, ਠੀਕ ਹੈ ਜੀ, ਆਓ ਜੀ ਬਲਾਲ ਸਾਹਿਬ ਅੱਗੇ ਆ ਗਈ ਮਾਸ਼ਾਅੱਲਾ ਜੀ, ਵੈਡ ਨੰਬਰ 5 ਆ ਗਈ ਟੋਰਿਓ, ਬਲਾਲ ਸਾਹਿਬ ਜ਼ਰਾ ਨਜ਼ਦੀਕ ਆਓ, ਮਿਹਰਬਾਨੀ ਕਰੋ, ਕਿੰਨਵਾ ਸੁਆ ਸੂਈ ਜੇ ਫਰਾਜ਼ ਸਾਹਿਬ, ਇਹ ਵੈਡ ਜਿਹੜੀ ਜੇ ਦੂਸਰਾ ਸੁਆ ਸੂਈ, ਸੁਆ ਦੂਸਰਾ ਸੂਈ ਹੈ, ਕਿਦਾਂ ਦੀ ਸੂਈ ਹੈ ਜੀ, ਇਹ ਦਿਨ ਫਰਾਜ਼ ਸਾਹਿਬ 6 ਹੋ ਗਏ ਜਿਹੜੀ ਪਿੱਛੇ ਚੀਜ਼ ਮਾਸ਼ਾਅੱਲਾ, ਵੱਛੀ ਹੈ, ਵੱਛਾ ਫਰਾਜ਼ ਸਾਹਿਬ, ਵੱਛਾ ਮਾਸ਼ਾਅੱਲਾ ਜੀ, ਜਿਹੜੀ ਚੀਜ਼ ਪਿੱਛੇ ਉਹ ਦੋਸਤਾਂ ਵੀ ਚੈੱਕ ਕਰਨੀ ਹੈ, ਵੱਛਾ ਮਾਸ਼ਾਅੱਲਾ ਜੀ, ਪਿਛਲੀ ਵਾਰੀ ਕੁਰਬਾਨੀ ਦੇ ਹਸਰਾਂ ਦਾ ਵੱਛਾ 13 ਲੱਖ ਦਾ ਵਿਕਿਆ ਸੀ ਹਾਲ, ਮਾਸ਼ਾਅੱਲਾ ਜੀ, ਠੀਕ ਹੈ ਜੀ, ਕਿਦਾਂ ਦੀ ਸੂਈ?
ਸੂਈ ਆ ਬਿਲਾਲ ਦੁੱਧ ਕਿੰਨਾ ਕੁ ਜਿਹਦੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 14 ਕਿਲੋ ਵੇ ਸੁਆ ਦੂਸਰਾ ਆਵੇ ਨੰਬਰ ਆ ਗਈ ਭਾਈ ਤੇ ਮਾਸ਼ਾਅੱਲਾ ਜੀ ਨਸਲ ਕੀ ਬਲਾਲ ਸਾਹਿਬ ਦੀ ਲੰਮੀ ਟੋਰ ਕੇ ਭਾਈ ਸਿੱਧੀ ਲੈ ਚਲੋ ਜਾ ਕੇ ਕਰੋ ਅਮਰ ਸਾਹਿਬ ਜਰਸੀ ਤੇ ਚੁਲਸਤਾਨੀ ਕਰਾਸ ਮਾਸ਼ਾਅੱਲਾ ਜੀ ਕੀ ਕੀਮਤ ਹੈ ਬਲਾਲ ਸਾਹਿਬ ਦੀ ਰਾਜ ਸਾਹਿਬ ਕਿਸੇ ਭਰਾ ਨੂੰ ਪਸੰਦ ਆਏ ਵੈੜੀ ਦੇਖ ਰਹੇ ਜੇ 2,70,000 ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਜੀ ਅਮਰ ਸਾਹਿਬ ਲਿਆਓ ਜੀ ਜਾ ਕੇ ਨਵਾਂ ਸੁਆ ਬਲਾਲ ਸਾਹਿਬ ਦਾ ਪਹਿਲਨ ਵੈੜ ਕਿੰਨੇ ਦਿੰਦੇ ਚੌਗੀ ਤੋਂ ਛਿੱਗੀ ਹੁੰਦੀ ਮਾਸ਼ਾਅੱਲਾ ਜੀ ਪ੍ਰਿੰਟ ਵੀ ਦੋਸਤਾਂ ਵੇਖ ਲੈਣਾ ਮੈਂ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਕਿਦਾਂ ਦੀ ਸੂਈ ਹੈ ਜੀ ਦਿਨ ਭਰਾ ਸਾਹਿਬ ਇਹਨਾਂ 'ਚ 4 ਹੋ ਗਏ ਜੀ 4 ਕੁ ਦਿਨ ਹੋ ਗਏ ਨੇ ਬੋਲੇ ਤੇ ਇਹਲੇ ਬਲਾਲ ਸਾਹਿਬ ਬੋਲਾ ਕਿੰਨਾ ਕਿਹਦੇ ਕੋਲ ਸਾਹਿਬ ਬੋਲਾ ਇਸ ਟਾਈਮ 11 ਕਿਲੋ ਵੱਛੀ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 11 ਕਿਲੋ ਜਾ ਕੀ ਅਮਰ ਸਾਹਿਬ ਪਿੱਛੇ ਦੇ ਵੱਛੀ ਇਹ ਪਿੱਛੇ ਦੇ ਵੱਛੀ ਕਰਮ ਵਾਲੀ ਦੋ ਹੀ ਨੇ ਨਾੜ ਵੀ ਸਾਹਮਣੇ ਨਜ਼ਰ ਆਉਂਦਾ ਪਿਆ ਨਸਲ ਕੀ ਬਲਾਲ ਸਾਹਿਬ ਦੀ ਸਾਹਿਬ ਇਹ ਜਰਸੀ ਦੇ ਚੁਲਸਤਾਨੀ ਬਾਈ ਟੋਰਿਓ ਜ਼ਰਾ ਲੰਮੀ ਟੋਰ ਕੇ ਲਿਆਇਓ ਨੰਬਰ ਮਾਸ਼ਾਅੱਲਾ ਜੀ 6 ਤੇ ਚੈੱਕ ਕਰਾਉਂਦੇ ਹਾਂ ਪੇ ਚੌਗੀ ਤੋਂ ਛਿੱਗੀ ਹੁੰਦੀ ਹੈ ਭਈ 11 ਕਿਲੋ ਬੋਲਾ ਵੇ ਥਣ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ ਜਸਾਮਤ ਪਿਆਰੀ ਇਹ ਕਰਮ ਵਾਲੀਆਂ ਦੋ ਹੀ ਨੇ ਪਿੱਛੇ ਦੇ ਵੱਛੀ ਠੀਕ ਭਾਈ ਲੈ ਚਲੋ ਜੀ ਜੀ ਬਲਾਲ ਸਾਹਿਬ ਕੀ ਕੀਮਤ ਹੈ ਜੀ ਵੈੜ ਨੰਬਰ 6 ਦੀ ਸਾਹੀਵਾਲ ਪਾਕਿਸਤਾਨ ਦਾ ਬ੍ਰਾਂਡ ਪਾਕਿਸਤਾਨ ਦਾ ਫਖਰ ਸੂਬੇਦਾਰ ਸਾਹਿਬ ਮਾਸ਼ਾਅੱਲਾ ਕਹੋ ਤੁਸੀਂ ਵੀ ਕਿੱਦਾਂ ਦੀ ਸੂਈ ਹੈ ਬਲਾਲ ਸਾਹਿਬ ਹੈ ਪੰਜ ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਮੱਝਾਂ ਵਾਲੇ ਥਣ ਲੱਗੇ ਨੇ ਗਾਂ ਦੀ ਗਾਂ ਵੇ ਮੱਝ ਦੀ ਮੱਝ ਖਿਲਾ ਰਹੇ ਜੀ ਇੱਥੇ ਮੱਖਣ ਵੀ ਸਫੇਦ ਹੋਏਗਾ ਫਰਾਜ਼ ਸਾਹਿਬ ਜੇ ਸਾਹਿਬ ਦੁੱਧ ਵੀ ਸਫੇਦ ਹੋਏਗਾ ਸੂਬੇਦਾਰ ਸਾਹਿਬ ਕਿਸੇ ਡਾਕਟਰ ਸਿਆਣੇ ਨੂੰ ਪੁੱਛ ਲਿਓ ਜਿਹੜੇ ਦੁੱਧ ਨੇ ਉਹਦੇ ਵੀ ਅੱਗੇ ਲੈਵਲ ਨੇ ਸਾਹਿਵਾਲ ਦੀ ਜਿਹੜੀ ਗਾਂ ਵੇ ਉਹਦਾ ਦੁੱਧ ਪਸੰਦ ਕਰਦੇ ਨੇ ਇੱਕ ਹੋਰ ਗੱਲ ਇਹ ਤੇ ਸਾਹਿਵਾਲ ਵਾਲੀ ਗਾਂ ਦੇ ਦੁੱਧ 'ਚ ਉਹ ਸ਼ਫਾ ਆਵੇਗਾ ਜਿਹਨੂੰ ਡਾਕਟਰ ਲਾ ਇਲਾਜ ਕਰ ਛੱਡ ਉਹ ਇਹਦਾ ਦੁੱਧ ਪੀਓ ਤੇ ਮੇਰਾ ਸੋਹਣਾ ਮਾਲਕ ਉਹ ਰੋਗ ਮੁਕਾ ਦਿੰਦਾ ਸਾਹਿਬ ਹਾਂ ਪੜ੍ਹੀ ਲਿਖੀ ਗੱਲ ਪੜ੍ਹੀ ਲਿਖੀ ਗੱਲ ਮੈਂ ਉਸ ਵੇਖੋ ਮੈਂ ਵੀਡੀਓ 'ਚ ਉਹ ਗੱਲ ਕਰਨਾ ਵਾ ਕਿਸੇ ਬੱਚੇ ਨੂੰ ਨਾਗ ਲਈਦਾ 6 ਮਹੀਨੇ ਅੱਜ ਜਵਾਨ ਕਰਨਾ ਹੈ ਤੇ ਸਾਹਿਵਾਲ ਦੀ ਗਾਂ ਦਾ ਦੁੱਧ ਪਿਆਣਾ ਸ਼ੁਰੂ ਕਰ ਜੀ ਬਿਹਤਰ ਹੋ ਗਿਆ ਦੁੱਧ ਕਿੰਨਾ ਬਲਾਲ ਸਾਹਿਬ ਦੇ ਕੋਲ 3 ਸਾਲਾਂ ਦਾ ਠੀਕ ਬਲਾਲ ਸਾਹਿਬ ਦੁੱਧ ਕਿੰਨਾ ਦੇ ਕੋਲ ਸਾਹਿਬ ਇਸ ਟਾਈਮ ਪੱਕਾ ਗਾਈ ਕੋ 14 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਹਾਂਜੀ ਵੇਖ ਲਿਓ ਸਾਹਿਬ ਮਾਸ਼ਾਅੱਲਾ ਲਿਬਾਸ ਵੇਖ 16-17 ਕਿਲੋ ਵੀ ਗਈ ਤੇ ਭੱਜਦਾ ਪਰ ਜਿਹੜਾ ਹੱਕੀ ਸੱਜੀ ਉਹ ਦੱਸਣਾ 12 ਕਿਲੋ ਦੁੱਧ ਦੀ ਗਰੰਟੀ ਕਿ 2 ਕਿਲੋ ਵੱਧ ਕਰੇਗੀ ਨਾ ਤੇ ਮੇਰੇ ਭਰਾ ਹੋਰ ਇਤਮਾਦ ਵਧੇਗਾ ਜੀ ਬਿਹਤਰ ਹੋ ਗਿਆ ਜਾ ਕੀ ਪਿੱਛੇ ਦੇ ਭਾਈ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਬਾਈ ਟੋਰ ਲੰਮੀ ਕਰਕੇ ਟੋਰ ਮਾਸ਼ਾਅੱਲਾ ਜੀ ਨੰਬਰ 7 ਚੈੱਕ ਕਰਾਨੇ ਆ ਪੇ ਸਵਾ ਦੂਸਰਾ ਵੇ 12 ਕਿਲੋ ਦੁੱਧ ਦੇ ਮਾਸ਼ਾਅੱਲਾ ਜੀ ਥਣ ਸੋਹਣੇ ਪਾਵਰਫੁਲ ਮੱਝਾਂ ਨੇ ਲੱਗੇ ਨੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪੁੱਠਾ ਵੀ ਚੈੱਕ ਕਰਨਾ ਜੀ ਬਲਾਲ ਸਾਹਿਬ ਕੀ ਕੀਮਤ ਹੈ ਜੀ ਵੈੜ ਨੰਬਰ 7 ਦੀ ਸਾਹਿਬ ਡਾਊਨ
ਕਿਸੇ ਭਰਾ ਨੂੰ ਪਸੰਦ ਆਈ ਵੈੜੀ ਦੇਖ ਲਾਂਗੇ 2,35,000 2,35,000 ਅੱਗੇ ਬਾਈ ਲਿਆਓ ਜੀ ਨੰਬਰ 8 ਵਾਲੀ ਥਾਣੇ ਲੱਖ ਲੱਖ ਦਾ ਦੇ ਕੇ ਫਿਰ 4,00,000 ਕਵਰ ਰੇਟ ਦਾ ਭਰਾ ਭਰਾ ਸਾਹਿਬ ਭਰਾਵਾਂ ਨਾਲ ਵਾਧਾ ਕੀਤਾ ਰੇਟ ਜਾਇਜ਼ ਕਰ ਠੀਕ ਹੈ 4,00,000 ਨਹੀਂ ਮੇਰੇ ਭਰਾ ਸਾਹਿਬ ਮਹਿੰਗੀ ਜਿੰਨਾ ਮਾਸ਼ਾਅੱਲਾ ਪੁੱਤਰ ਨੂੰ ਕਿਹਾ ਨਾ ਪਿਆਰ ਕਰਨਾ ਪਿਆਰ ਠੀਕ ਹੈ ਜੀ ਹੈ ਜਿਹੜਾ ਬੰਦਾ ਆਵਾਮ ਨਾਲ ਪਿਆਰ ਕਰਦਾ ਮੇਰਾ ਸੋਹਣਾ ਮਾਲਕ ਉਹਨੇ ਕਰਦਾ ਪਿਆਰ ਮਾਸ਼ਾਅੱਲਾ ਜੀ ਇੰਜੀ ਗੱਲ ਹੈ ਅੱਗੇ ਆ ਗਈ ਜੀ ਨੰਬਰ 8 ਤੇ ਆ ਗਈ ਗੱਬਣ ਜੀ ਪੈਕ ਜਾਨੀ ਭਰਾ ਸਾਹਿਬ ਸੂਈ ਜਾ ਕਿੱਥੇ ਵੇਦਾ ਬੱਚਾ ਮਰ ਗਿਆ ਪੈਕ ਜਾ ਮਰ ਗਿਆ ਚਵਾਈ ਕਿੰਜ ਕਰਦੇ ਹੋ ਤੂੰ ਸੁਬਾ ਕਿਨਵੇਂ ਭਾੜੇ ਤੇ ਚੋਗ ਹੈ ਵਖਾਵਾਂਗਾ ਭਾੜੇ ਹੋ ਜੀ ਸੁਆ ਕਿਨਵਾਂ ਦੀ ਕਿਦਾਂ ਦੀ ਸੂਈ ਹੈ ਭਰਾ ਸਾਹਿਬ ਸੁਆ ਦੂਸਰਾ ਤੇ ਇਹਨੂੰ ਅੱਜ ਕੋਈ 28-29 ਦਿਨ ਹੋ ਗਏ ਨੇ 29 ਮਹੀਨਾ ਹੀ ਹੋ ਗਿਆ ਤਕਰੀਬਨ 98 ਦੋਸਤਾਂ ਵੇਖ ਲੈਣੇ ਥਾਣੇ ਦੇ ਵੀ ਸੋਹਣੇ ਨੇ ਮਾਸ਼ਾਅੱਲਾ ਜੀ ਪਾਵਰਫੁਲ ਨੇ ਮੱਝਾਂ ਨੇ ਥੱਲ ਲੱਗੇ ਨੇ ਚਵਾਈ ਦੋਵੇਂ ਟਾਈਮ ਪਾੜੇ ਤੇ ਦੁੱਧ ਕਿੰਨਾ ਦੇ ਕੋਲ ਭਰਾ ਸਾਹਿਬ ਦੁੱਧ 10 ਕਿਲੋ ਪਰ ਤੁਸੀਂ 9 ਕਿਲੋ ਦਾ 9 ਕਿਲੋ ਦੁੱਧ ਦੀ ਗਰੰਟੀ ਇਹ ਨਹੀਂ ਕਿ ਦੋਵੇਂ ਟਾਈਮ ਹੁਣ ਚੋਣੇ ਚੋਣਾ ਭਾਈ ਲਿਆਓ ਪਰਤਾ ਕੇ ਸੋ ਆਮਰ ਸਾਹਿਬ ਜ਼ਰਾ ਤਵੱਜੋ ਕੇ ਕਰਿਓ ਕਿੰਨਾ ਦੁੱਧ ਦੱਸਿਆ 9 ਕਿਲੋ ਆਂਦੇ ਗਿਆ 12 ਕਿਲੋ ਪਰਤਾ ਕੇ ਇਹਨੂੰ ਦੱਸ ਲਿਆ ਕਰੋ ਪਹਿਲੇ ਭਰਾ ਸਾਹਿਬ ਦੁੱਧ 2-3 ਕਿਲੋ ਘੱਟ ਦੱਸੀ ਹਰ ਗਾਂ ਨੂੰ 2-3 ਕਿਲੋ ਘੱਟ ਦੱਸੀ ਲੈ ਭਰਾ ਲਾਮਾ ਤੇ ਨਾ ਜਾਗਦੇ ਤੁਹਾਨੂੰ ਫੋਨ ਕਰਕੇ ਕਹਿ ਰਹੀ ਭਰਾ ਸਾਹਿਬ ਇਹ ਤੇ ਵੇਖੋ ਨਾ ਤੁਹਾਡੇ ਚੈਨਲ ਦੇ ਉੱਤੇ ਕੋਈ ਥੋੜਾ ਜਿਹਾ ਮਾਲ ਤੇ ਨਹੀਂ ਨਾ ਵੇਚਿਆ ਫਰਾਸ ਮਾਸ਼ਾਅੱਲਾ ਮੇਰੇ ਖਿਆਲ ਨਾਲ ਕਿ ਮੇਰਾ ਖਿਆਲ ਮੇਰਾ ਜ਼ਿਆਦਾ ਹੀ ਵਿਕਿਆ ਹੋਏਗਾ ਮਾਲ ਕੀ ਖਿਆਲ ਦੱਸੋ ਆਪਾਂ ਲੱਗ ਤੁਹਾਡਾ ਰਿਕਾਰਡ ਸੁਬਹ ਦਾ ਸਭ 2 ਵੀਡੀਓ ਬਣਾਉਂਦੇ ਹੋ ਵਿਕਦਾ ਤੇ 2 ਬਣਵਾਉਂਦੇ ਹੋ ਨਾ ਨਹੀਂ ਮੇਰਾ ਮਾਲ ਜ਼ਿਆਦਾ ਹੀ ਵਿਕਦਾ ਹਾਂਜੀ ਗੱਲ ਮਾਸ਼ਾਅੱਲਾ ਵੇਚਿਆ ਵੀ ਜ਼ਿਆਦਾ ਨਾ ਜੀ ਤੇ ਫਰਾਸ ਸਾਹਿਬ ਫਿਰ ਤਾਂ ਹੀ ਵਿਕਦਾ ਕੋਈ ਨਵਾਂ ਤੇ ਕੋਈ ਬੰਦੇ ਨਹੀਂ ਭਰਦੀ ਕੋਈ ਨਵਾਂ ਇੱਕੋ ਦੋ ਕੋਲੋਂ ਉਹ ਪੁਰਾਣੇ ਹੀ ਬੰਦੇ ਪਰਤ ਪਰਤ ਕੇ ਮਾਲ ਲਈ ਜਾਂਦੇ ਨੇ ਤੁਸੀਂ ਇਹਦਾ 10 ਕਿਲੋ ਦੁੱਧ ਲਾਓ 10 ਕਿਲੋ ਦੁੱਧ ਦੀ ਗਰੰਟੀ ਹੈ ਜੀ ਠੀਕ ਹੈ ਜੀ ਟੋਰ ਭਾਈ ਜਾਨ ਮਹੀਨਾ ਹੋ ਗਿਆ ਮਾਸ਼ਾਅੱਲਾ ਜੀ ਥਾਣਵੀ ਦੋਸਤਾਂ ਵੇਖਣੇ ਨੇ ਕੀ ਨਸਲ ਹੈ ਬਲਾਲ ਸਾਹਿਬ ਦੀ ਰਾਜ ਸਾਹਿਬ ਸਾਹੀਵਾਲ ਦੀ ਇਹ ਵੀ ਸਾਹੀਵਾਲ ਬ੍ਰਾਂਡ ਮਾਸ਼ਾਅੱਲਾ ਜੀ ਬੰਨੋ ਭਾਈ ਜਾਨ ਚੋਲਸਤਾ ਨਹੀਂ ਆਇਆ ਚਵਾਈ ਬਾਅਦ ਚ ਕਰ ਲਿਓ ਨਾ ਬੱਚੀਆਂ ਵਹਾ ਲਈਏ ਉਹ ਤੋਂ ਜਾਣਾ ਸ਼ੁਰੂ ਹੁੰਦੀਆਂ ਨੇ ਭਾਈ ਵਾਰ ਕਰੋ ਕੀ ਕੀਮਤ ਬਲਾਲ ਸਾਹਿਬ ਦੀ ਲੈ ਬੱਚੀ ਖੋਲ ਅਗਲੀ ਮੈਂ ਤਾਂ ਫਰਾਜ਼ ਸਾਹਿਬ ਜੀ ਤੇਜ ਸਾਹਿਬ ਦਾ ਰੇਟ ਲਾ ਲਾੜੋ ਤੇਜ ਸਾਹਿਬ ਦਾ ਲਾੜਾ ਤੇਜ ਨਾ ਕਰੇ ਚਲ ਬਲਾਲ ਲਾਓ ਜੀ ਬਲਾਲ ਸਾਹਿਬ ਜੀ ਇਹਦਾ ਮੈਂ ਲਾੜੋ ਲਾਓ ਜੀ ਸੂਬੇਦਾਰ ਸਾਹਿਬ ਫਿਰ ਤੂੰ ਮੈਨੂੰ ਪਿਛਲੀ ਵਾਰੀ ਉਹ ਨਾਥਾ ਹੀ ਤਾਂ ਮੈਂ ਲਾਇਆ ਸੀ ਜਿਹੜਾ ਬੰਦੇ ਨੇ ਫੋਨ ਤੈਨੂੰ ਉਹਦਾ ਹੀ ਕਰ ਲਾਓ ਜੀ ਸੂਬੇਦਾਰ ਸਾਹਿਬ ਰੇਟ ਦਾ ਇਹਦਾ ਉਹ ਮੇਰੇ ਮੂੰਹ 2,65,000 ਨਿਕਲ ਲਗਾ ਇਹਦਾ 1,65,000 ਜੇ ਮੇਰੇ ਕੋਲ ਵਾਲੇ ਦੀ 1,65,000 ਜ਼ਿੰਦਾਬਾਦ ਜੀ ਜੀ ਦੁੱਧ 10 ਕਿਲੋ ਅਗਰ ਬੱਚਾ ਪਿੱਛੇ ਦੁੱਧ 10 ਕਿਲੋ 35 ਦੀ ਠੀਕ ਹੈ ਜੀ ਦੁੱਧ 10 ਕਿਲੋ ਖੜਾਕ ਹੋ ਗਿਆ ਕੀ ਅੱਗੇ ਆ ਗਈ ਮਾਸ਼ਾਅੱਲਾ ਜੀ ਵੱਛੀ ਨੰਬਰ 1 ਆ ਗਈ ਭਾਈ ਲਿਆਓ ਜੀ ਰਵੇਲ ਕਾਫੀ ਜਸਾਮਤ ਪੂਰੀ ਗਾਵਾਂ ਜਿਹੜੀ ਹੋ ਗਈ ਮਾਸ਼ਾਅੱਲਾ ਜੀ ਗੱਬਣ ਜੀ ਨਹੀਂ ਨਹੀਂ ਭਰਾ ਸਾਹਿਬ ਬੱਚਾ ਵਿੱਚ ਫੇਰਦਾ ਹੀ ਪਿਆ ਹੁਣ ਪੜਾਵਾਂ ਦੇ ਨਸੀਬ ਭਾਈ ਸਿੱਧੀ ਕਰਿਓ ਕਿੰਨੇ ਦੰਦ ਬਲਾਲ ਸਾਹਿਬ ਹੈ ਭਰਾ ਸਾਹਿਬ ਦੰਦ ਨੇ ਜੀ ਵੇਖੀ ਕਿੰਨੀ ਇਹ ਦੰਦੀ ਇਹ ਚੋਗੀ ਹੈ ਕੀ ਦੰਦੀਆਂ ਚੋਗੀ ਹੋਏਗੀ ਭਰਾ ਸਾਹਿਬ ਮੈਂ ਤੁਹਾਨੂੰ ਅੱਖ ਨਾ ਅੰਕ ਲਈ ਖਿਲਾ ਰਹੇ ਉੱਥੇ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਜਿਹੜਾ ਦੋਸਤ ਪੁੱਛੇ ਤਾਂ ਉਹਨੂੰ ਚੈੱਕ ਕਰਕੇ ਦੱਸ ਛੱਡਣਾ ਹੈ ਵੀ ਮੋਨੀ ਹੈ ਸਾਹਿਬ ਜਿਹੜੀਆਂ ਹੁੰਦੀਆਂ ਨੇ 9-9 ਤੇ 10-10 ਲੱਖ ਦੀਆਂ ਇੰਪੋਰਟ ਜੀ ਵੇਖੋ ਕਾਦਰ ਠੀਕ ਹੈ ਵੈ ਚੱਲਾਂ ਉਹ ਵੀ ਲੈ ਹਾਈਟ ਵੇਖਣੀ ਹੈ ਰਵੇਲ ਚੈੱਕ ਕਰਨੀ ਹੈ ਵੀ ਮੋਨੀ ਹੈ ਪੂਰੀ ਬ੍ਰਾਂਡ ਚੀਜ਼ ਹੈ ਅੱਗੇ ਮਾਸ਼ਾਅੱਲਾ ਜੀ ਆ ਗਈ ਹੈ ਨੰਬਰ 2 ਤੇ ਇਹਦੀ ਵੀ ਹਾਈਟ ਦੋਸਤਾਂ ਵੇਖ ਲੈਣੀ ਹੈ ਦੋਵੇਂ ਮੋਨੀਆਂ ਨੇ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਜੀ ਥਾਨ 4-4 ਹੀ ਨੇ ਬਲਾਲ ਸਾਹਿਬ ਥਾਨ ਭਰਾ ਸਾਹਿਬ ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ ਕੁਆਲਿਟੀ ਚੈੱਕ ਕਰਨੀ ਹੈ ਤੇ ਰੇਟ ਵੀ ਅੱਜ ਇਨਸ਼ਾਅੱਲਾ ਹੈਰਾਨ ਕੋ ਨੋਂ ਦੇ ਜੀ ਦੋਵਾਂ ਦੇ ਮੂੰਹ ਲਾਂ ਵੇਖੋ ਤੇ ਫੋਤੀਆਂ ਵੇਖੋ ਤੇ ਅੱਖਾਂ ਵੇਖੋ ਮਾਸ਼ਾਅੱਲਾ ਜੀ ਇਹਦਾ ਵੀ ਦੋਸਤਾਂ ਚਿਹਰਾ ਚੈੱਕ ਕਰਨਾ ਹੈ ਇਹਦਾ ਵੇਖਣਾ ਮਾਸ਼ਾਅੱਲਾ ਜੀ ਮੋਟੀ ਅੱਖ ਤੇ ਲੰਮੇ ਮੂੰਹ ਭਰਾ ਖਿਲਾ ਰਹੇ ਜੀ ਸਾਨੀ ਨਾਲ ਵੇਖੋ ਇਹ ਮਾਸ਼ਾਅੱਲਾ ਜੀ ਠੀਕ ਹੈ ਅੱਗੇ ਭਾਈ ਲਿਆਓ ਤੁਸੀਂ ਵੀ ਕੀ ਨਸਲ ਬਲਾਲ ਸਾਹਿਬ ਬਣਨ ਦੀ ਸਾਈਮ ਪੋਰਟਰ ਚ ਮਾਸ਼ਾਅੱਲਾ ਵੈੜੀ ਭਾਈ ਜ਼ਰਾ ਸਿੱਧੀ ਕਰਿਓ ਜੀ ਨਹੀਂ ਬਾਹਰੋਂ ਇੰਪੋਰਟ ਹੋਈਆਂ ਨਹੀਂ ਆ ਇਹਨਾਂ ਦੀ ਮਾਵਾਂ ਬਾਹਰੋਂ ਇੰਪੋਰਟ ਹੋਈਆਂ ਹਨ
ਇਹ ਤੇ ਭਰਾ ਸਾਹਿਬ ਪੁੱਛਿਆ ਨੀ, ਹਾਂ ਵੀ ਲਿਆਂਦੀਆਂ ਨੇ ਭਰਾ ਆਉਂਦੇ ਨੇ ਇੰਪੋਰਟਡ ਨੇ। ਸੂਬੇਦਾਰ ਸਾਹਿਬ ਸਹੀ ਦੱਸਣ ਦੇ, ਇੱਕ ਮਿੰਟ ਲਈਓ, ਐ ਵੇਖੋ ਤਾਂ ਲਤੂੜਾ ਕਰ, ਐ ਚੈੱਕ ਕਰੋ ਮਾਸ਼ਾ, ਠੀਕ ਹੈ ਜੀ, ਠੀਕ ਹੈ, ਬਿਹਤਰ ਹੋ ਗਿਆ। ਕੀ ਕੀਮਤ ਹੈ ਬਿਲਾਲ ਸਾਹਿਬ ਇਹਨਾਂ ਦੀ? ਬਸ ਸਾਹਿਬ 1,15,000 ਦੀ ਮੱਛੀ ਦੇ, 1,15,000 ਇੱਕ ਦਾ, ਦੋ ਗਈਆਂ 2,30,000 ਦੀ, ਜ਼ਿੰਦਾਬਾਦ ਮਾਸ਼ਾਅੱਲਾ। ਇੱਕ ਹੋਰ ਗੱਲ ਏ, ਨਾਲ ਸਾਵੀ ਰੇਟ ਤੇ ਵੀ 1,00,000 ਤੇ 5-5 ਤੇ 6-6 7-7 ਹਜ਼ਾਰ ਸਾਵੇ ਰੇਟ। ਸੂਬੇਦਾਰ ਸਾਹਿਬ ਅੱਲਾ ਹੈ ਰੱਖੇ, 1 ਲੱਗ ਜਾਣ ਤੇ ਵੱਡਾ ਹੀ ਪੈਕੇਜ, ਵੱਡੀ ਲਾਟਰੀ ਹੈ। ਹਾਂ ਹਾਂਜੀ, ਉਸ ਤੇ ਵੀ ਨਾਲੇ ਦੇ ਦਈਏ ਨਾ ਤਾਂ ਵੀ, ਲੇਕਿਨ ਇਹ ਹੋਵੇ ਕਿ ਇਹ ਵਾਅਦਾ ਕੀਤਾ ਕਿ ਭਰਾਵਾਂ ਦੀ ਨਾ ਖਿਦਮਤ ਕਰਨੀ ਹੈ। ਕੀ ਕਰਨੀ ਹੈ? ਖਿਦਮਤ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ। ਅੱਛਾ, ਉੱਥੇ ਮਜ਼ੀਦ ਨਹੀਂ ਜਾਣ ਦੇਣਾ, ਉੱਥੇ ਹੀ ਰੋਜ਼ਾਨਾ ਦਾ ਟਾਈਮ ਹੋ ਜਾਣਾ ਨਾ ਫਿਰ, ਉੱਥੇ ਕੰਮ ਲੰਮਾ ਹੋ ਜਾਣਾ। ਅੱਛਾ, ਉਹ ਮੇਰੇ ਦੂਜਾ ਫਰਾਜ਼ ਸਾਹਿਬ, ਨੇਕ ਨੀਤੀ ਦਾ ਕਾਰੋਬਾਰ ਕਰੋ ਤਾਂ ਮੇਰਾ ਸੋਹਣਾ ਮਾਲਕ ਵੀ ਸਾਥ ਦਿੰਦਾ ਹੈ। ਕੋਸ਼ਿਸ਼ ਕਰੋ ਕਿਸੇ ਦਾ ਦਿਲ ਨਾ ਦਿਖਾ, ਮਾਸ਼ਾਅੱਲਾ, ਕੋਸ਼ਿਸ਼ ਕਰੋ। ਅਗਰ ਦੁਨੀਆ 'ਤੇ ਰਾਜ 'ਤੇ ਯਸ਼ੀ ਕਰਨੀ ਹੈ ਨਾ, ਯਸ਼ੀ ਸਮਝਦੇ ਹੋ ਨਾ, ਕਿ ਤੁਹਾਨੂੰ ਕੋਈ ਦੁੱਖ ਤਕਲੀਫ ਨਾ ਹੋਏ ਅਤੇ ਕਿਸੇ ਦਾ ਦਿਲ ਨਾ ਦਿਖਾਇਓ। ਜਦੋਂ ਕਿਸੇ ਦਾ ਦਿਲ ਦਿਖਾਓਗੇ ਨਾ, ਫਿਰ ਆਪਣੇ ਆਪ ਵੀ ਤੁਹਾਡਾ ਕੋਈ ਦੁੱਖਿਆ। ਕੀ ਖਿਆਲ ਹੈ ਜੀ? ਜੀ ਸਹੀ ਹੈ ਨਾ ਕਿ ਨਹੀਂ? ਹਾਂਜੀ, ਗੱਲ ਹੈ ਜੀ। ਇਹ ਮੈਂ ਇੱਕ ਮੋਬਾਈਲ 'ਤੇ ਵੇਖਦਾ ਆਂਬੇ ਕਿ ਅਦਰ ਅਬੂ ਬਕਰ ਸਦੀਕ ਨਾ ਖੜ੍ਹੇ ਹਨ, ਅਤੇ ਉਹਨਾਂ ਨੂੰ ਕੋਈ ਬੰਦਾ ਨਾ ਬੁਰਾ ਭਲਾ ਕਹਿ ਰਿਹਾ ਸੀ, ਅਤੇ ਅਜ਼ਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹੀ ਨਾਲ ਖੜ੍ਹੇ ਹਨ ਉਹ ਬੰਦਾ ਉਹ ਕਈ ਜਾ ਰਿਹਾ। ਹਜ਼ਰਤ ਅਬੂ ਬਕਰ ਸਦੀਕ ਚੁੱਪ ਖੜ੍ਹੇ ਰਹੇ ਨੇ। ਜਦੋਂ ਹਜ਼ਰਤ ਅਬੂ ਬਕਰ ਸਦੀਕ ਨੇ ਉਹਨੂੰ ਬੁਰਾ ਕਹਿਣਾ ਸ਼ੁਰੂ ਕੀਤਾ ਨਾ, ਅਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾ ਚੱਲ ਪਏ, ਉਹ ਤਾਂ ਖਲੋਤੇ ਸਨ ਅਤੇ ਉਹਦੇ ਕੋਲੋਂ ਨਾ ਚੱਲ ਪਏ ਨੇ। ਉਹਨਾਂ ਪੁੱਛਿਆ ਜਾ ਕੇ ਕਿ ਨਬੀ ਪਾਕ, ਜਦੋਂ ਮੈਨੂੰ ਉਹ ਬੁਰਾ ਕਹੀ ਜਾ ਰਿਹਾ ਕਹੀ ਜਾ, ਤਾਂ ਮੈਂ ਕਿਹਾ ਤਾਂ ਤੁਸੀਂ? ਉਹਨਾਂ ਕਿਹਾ ਨਾ ਅਗਲੇ ਦਾ, ਤੇਰੀ ਤਰਫੋਂ ਨਾ ਫਰਿਸ਼ਤੇ ਉਹਨੂੰ ਮਲਾਮਤ ਕਰ ਰਹੇ ਸਨ ਤੇਰੀ ਤਰਫੋਂ, ਲੇਕਿਨ ਤੁਹਾਂ ਜਦੋਂ ਕਹਿਆ ਨਾ, ਤਾਂ ਉਦੋਂ ਫਿਰ ਮੈਂ ਕਿਹਾ ਤਾਂ ਕੰਮ ਬਰਾਬਰ ਹੋ ਗਿਆ, ਅਤੇ ਮੈਂ ਇਸ ਵਾਰ 'ਤੇ ਫਿਰ ਨਾਗਲੇ ਚੱਲ ਪਿਆ ਹਾਂ ਉਹਨੂੰ ਕਹਿਣ ਦੇਣਾ ਜੋ ਕਹਿੰਦਾ। ਜਦੋਂ ਫਿਰ ਅਸਾਂ ਕੋਸ਼ਿਸ਼ ਕਰੋ ਕਿਸੇ ਦਾ ਦਿਲ ਅਜ਼ਾਰੀ ਨਾ ਕਰ। ਮੈਂ ਤਾਂ ਰਾਹ ਦੇਖੋ ਨਾ, ਮੈਂ ਕੀ ਗੱਲ ਸੁਣਾ ਰਿਹਾ ਕਿ ਉਹਨਾਂ ਦੀ ਲੜਾਈ ਵੀ ਹੋਣੀ ਸੀ, ਸਭ ਕੁਛ ਹੋਣਾ ਸੀ, ਲੇਕਿਨ ਉਹਨੇ ਫਿਰ ਕਿਹਾ ਨਵਾਜ਼ ਨੂੰ ਸਰਵਰ ਨੇ, ਹੈ ਸਾਹਮਣਾ ਮੇਰਾ ਗੁਆਂਢੀ ਹੈ, ਇਹ ਜਿਹੜੀ ਗੱਲ ਹੈ ਕਰ ਛੱਡਦਾ ਦੇਸੀ ਬੰਦਾ, ਉਹਨੇ ਆਖਿਆ ਸੂਬੇਦਾਰ ਤਾਂ ਜ਼ਿਆਦਾ ਤੁਸੀਂ ਭਾਰ ਪਹਾੜ ਹੈ, ਕੋਈ ਸਾਰੇ ਪੈਸੇ ਸੂਬੇ ਦਾ ਹੀ ਲਾਏ ਕਰੇਗਾ। ਉਹਨੇ ਕਿਹਾ ਦੂਜੇ ਦਿਨ, ਉਹ ਕਿਤੇ ਗਏ ਇੱਧਰ ਸੀ, ਕਹਿੰਦਾ ਮੁੰਜੀ ਸ਼ੁੰਜੀ ਦਾ ਕਾਰੋਬਾਰ ਕਰਦਾ, ਉੱਥੇ ਸੀ ਉੱਥੋਂ ਆਇਆ, ਅਤੇ ਮੈਨੂੰ ਨਵਾਜ਼ ਨੇ ਕਿਹਾ, ਮੈਂ ਕਿਹਾ ਉਹਨੂੰ ਇਹ ਗੱਲ ਦਾ ਨਹੀਂ ਪਤਾ ਕਿ ਮੈਂ ਸੋਹਣੇ ਮਾਲਕ ਦੇ ਨਜ਼ਦੀਕ ਹੋ ਗਿਆ, ਮੇਰੀ ਇਹ ਨਾ ਕਬਰ ਅਤੇ ਮੁੰਡਿਆਂ ਨੇ ਕਿਹੜੇ ਦੀਵੇ ਬਾਲਣ, ਜਿਹੜਾ ਮੈਂ ਨੇਕੀ ਦਾ ਕੰਮ ਕਰ ਲੈਣਾ ਮੇਰਾ ਉਹ ਹੀ ਨਾਗਲੇ ਦਾ ਪ੍ਰੋਫਿਟ ਹੈ, ਅਤੇ ਮੈਂ ਕਿਹਾ ਮੈਂ ਸੋਹਣੇ ਮਾਲਕ ਦੇ ਨਜ਼ਦੀਕ ਹੋ ਗਿਆ ਅੱਗੇ ਨਾ ਹੋਈ। ਇਹ ਮੁੰਡਿਆਂ ਨੇ ਮੇਰੇ ਕੋਲ ਤਾਂ ਨਾ, ਮੈਂ ਕਦੀ ਕਦੀ ਗੱਲ ਸਮਝਾਉਂਦਾ ਨਾ ਕਿ ਮੈਂ ਕਿਹਾ ਉਹ ਮੇਰੇ ਪੁੱਤਰੋ, ਇਹ ਮੈਨੂੰ ਗਾਵਾਂ ਮੱਝਾਂ ਹਰ ਸ਼ੈ ਇੱਕ ਮਿੰਟ 'ਚ ਉਹਦੀ ਪਰਾਂ ਹੋ ਜਾਂਦੀ ਜੇ ਕਬਰ 'ਚ ਨਾ ਕਿਤੇ ਆ ਜਾਓ, ਮੇਰੇ ਸੋਹਣੇ ਮਾਲ ਦੇ ਕਰਮ ਨਾਲ ਕੋਈ ਬੰਦਾ ਆ ਜਾਂਦਾ ਉਹਨੂੰ ਖਾਲੀ ਨਿਕਲਣਾ, ਰਾਜ ਸਾਹਿਬ ਉਹਨੂੰ ਖਾਲੀ ਨਿਕਲਣਾ। ਅਗਲੇ ਦਿਨ ਦੋ ਦਿਨ ਇਸ ਮੁੰਡੇ ਨੇ ਇੱਥੇ ਇੱਕ ਬਾਬਾ ਸਿੰਘ 'ਚੋਂ ਆਇਆ ਉਹਨੂੰ ਦੁੱਧ, ਮੈਂ ਉਹਨੂੰ ਕਿਹਾ ਵਡੇਰਾ ਬੰਦਾ, ਮੈਂ ਬਾਬਾ ਜੀ ਉਸ ਦੁੱਧ ਖੜ ਕੇ ਪੀ ਲਿਆ ਕਰ ਜਿੰਨਾ ਤੋਂ ਉਸਨੂੰ, ਇਹਨੇ ਕਿਤੇ ਉਹਨੂੰ ਨਾ, ਹੁਣ ਗੱਲ ਸੁਣੋ ਬੜੀ ਮਜ਼ੇਦਾਰ, ਇਹਨੇ ਕਿਤੇ ਉਹਨੂੰ ਨਾ ਮਨਾ ਕੀਤਾ, ਇੱਕ ਦਿਨ ਲੰਘ ਗਿਆ ਦੂਜਾ ਦਿਨ ਵੀ ਲੰਘ ਗਿਆ, ਦੂਜੇ ਦਿਨ ਨਾ ਵੱਛੀ ਇੱਕ ਨੂੰ ਨਾ ਸਵੇਰੇ ਸਵੇਰੇ ਭੀੜ ਪੈ ਗਈ, ਮੈਂ ਅਲੀ ਉਰਾ ਆਏ ਉਰਾ, ਉਹਦੇ ਗੱਲ ਉਹ ਜਿਹੜੀ ਇਹ ਕਿਉਂ ਮੇਰਾ ਕੋਈ ਸਮਝਾਉਣ ਦਾ, ਮੈਂ ਨਹੀਂ ਕਹਿੰਦਾ ਮੈਂ ਬੜਾ ਸਖੀ ਤੇ ਸਖ, ਇਹਨੂੰ ਮੈਂ ਪੁੱਛਿਆ ਪੁੱਤਰਾ ਕੀ ਗੱਲ ਹੋਈ ਨਾ ਅਗਲੇ ਦਾ ਕਿ ਕੱਲ੍ਹ ਵੀ ਸਾਡਾ ਮਸਲਾ ਬਣਿਆ ਜੀ, ਫਿਰ ਕੀ ਤੂੰ ਆਖਿਆ ਦੱਸੀ, ਦੁੱਧ ਲੱਗੀ ਆਖਿਆ ਤੂੰ ਬੰਦ ਕਰ ਛੱਡ, ਬਾਬੇ ਦਾ ਦੁੱਧ ਬੰਦ ਕਰ ਛੱਡ, ਇਹਨੇ ਮੈਨੂੰ ਆਖਿਆ ਬਾਬੇ ਦਾ ਅੰਬ ਨੇ ਦੁੱਧ ਕੱਲ੍ਹ ਵੀ ਨਹੀਂ ਬੰਦ ਕੀਤਾ ਅਤੇ ਅੱਜ ਵੀ ਕਰ ਛੱਡਿਆ, ਮੈਂ ਕਿਹਾ ਮੈਨੂੰ ਨਹੀਂ ਪਤਾ
ਬਾਬੇ ਨੂੰ ਘਰ ਜਾ ਕੇ ਦੇਖ ਗਿਆ, ਦੁਕਾਨ ਚ ਕੱਢ ਕੇ ਦੇਖ ਗਿਆ ਕਿ ਮੇਰੇ ਇੱਧਰ ਵੇਖੋ, ਇੱਧਰ ਦੇਖੋ ਫਰਾਜ ਸਾਹਿਬ, ਮੈਂ ਕਿਹਾ ਮੇਰੇ ਅਮਲ ਵਿੱਚ ਨਾ ਕਰਿਆ ਫਰਕ ਤੁਸਾਂ ਪਹਾੜੇ। ਜਦੋਂ ਮੈਂ ਕਹਿੰਦਾ ਇੱਥੇ ਕੋਈ ਆਏ ਉਹਨੂੰ ਖਾਲੀ ਨਹੀਂ ਕਰਦਾ, ਇੱਧਰ ਫਰਾਜ ਸਾਹਿਬ ਇਹ ਮੇਰੇ ਸੋਹਣੇ ਮਾਲਕ ਮੈਨੂੰ ਦਿੱਤਾ, ਫਰਾਜ ਸਾਹਿਬ ਮੈਨੂੰ ਕਿਸੇ ਬੰਦੇ ਨਹੀਂ ਦਿੱਤਾ। ਤੇ ਜਦੋਂ ਸੋਹਣਾ ਮਾਲਕ ਦੇ ਤੋ ਜੋ ਦਿਓ ਨਾ, ਤੇ ਮੇਰਾ ਮਾਲਕ ਫਿਰ ਬਾਰਿਸ਼ ਤਰ੍ਹਾਂ ਵਰਾਂਦਾ। ਅਮਰ ਵੀ ਕੋਈ ਗੱਲ ਕਰਨਾ ਚਾਹੁੰਦਾ, ਉਹਨੂੰ ਪੁੱਛ ਲਓ ਕਿਉਂ ਕਿਉਂ ਉਹ ਆਪਣਾ ਸਾਸ ਮੰਨ ਕੇ ਇਹ ਕਰਦਾ, ਉਹਨੇ ਕਿਹਾ ਨਹੀਂ ਜੀ। ਹਾਂ ਅਮਰ ਪੱਠੇ ਵਢਾ, ਉਹ ਵਡੇਰਾ ਬੰਦਾ ਕੋਈ ਨਹੀਂ ਫਰਾਸ ਸਾਹਿਬ, ਪੱਠੇ ਨਾਗਲੇ ਦਾ ਵਢਾਏ ਗਏ, ਲੈਟ ਵੀ ਟੁੱਟ ਜਾਣੀ ਸੋਚਦਾ, ਲੈਟ ਟੁੱਟ ਜਾ। ਮੈਂ ਕਿਹਾ ਜੇ ਪੱਠੇ ਵਢਾਏ ਫੇਰ ਦੀ ਉਹ ਫੇਰ ਜਿੱਤ ਗਿਆ, ਪੱਠੇ ਤੋਂ ਬਗੈਰ ਦੁੱਧ ਦਿੱਤਾ ਜਾਏ ਤੇ ਉਹਦਾ ਸਵਾਦ ਹੀ ਨਹੀਂ ਗੱਲ ਇਹ ਗੱਲ ਤੋਂ ਇਹ ਆਉਂਦਾ। ਮੈਂ ਕਿਹਾ ਮੇਰੇ ਕੋਲ ਨਾ, ਮੈਂ ਕਿਹਾ ਵਡੇਰਾ ਮਤਲਬ ਪੱਠੇ ਕਾਹਦੇ ਵਡਾਉਣ, ਮਿਹਰਬਾਨੀ ਮੇਰੇ ਕੋਲੋਂ ਕਿਸੇ ਦੀ ਇਹ ਮੇਰਾ ਕੋਈ ਗੱਲ ਦੱਸਣਾ ਮਕਸਦ ਇਹ ਨਹੀਂ ਮੇਰਾ ਇਹ ਵੇ, ਕਦੀ ਇਹਨਾਂ ਅਮਲ ਇਹਨਾਂ ਕੰਮ ਕਰਕੇ ਤੇ ਵੇਖੋ ਮੇਰਾ ਸੋਹਣਾ ਮਾਲਕ ਆਪਣੇ ਕਰਮ ਇੰਜ ਕਰੇਗਾ ਕਿ ਮੇਰਾ ਕੋਈ ਨਿਰਾਲੇ ਹੀ ਆ। ਵੇਖੋ ਨਾ ਮੈਨੂੰ ਕਹਿੰਦੇ ਨੇ ਯਾਰ, ਹਾਂ ਉਹ ਮੇਰਾ ਵੀਰ ਉਹ ਬੈਠਾ, ਉਹ ਆਉਂਦਾ ਯਾਰ ਇਹ ਵਪਾਰ ਹਾਂ ਨਹੀਂ ਦੁਨੀਆਂ ਦੇ ਵੇਖਿਆ, ਤੇ ਆਉਂਦੀਆਂ ਤੇ ਜਾਂਦੀਆਂ ਤਰ੍ਹਾਂ ਤਰ੍ਹਾਂ ਗੱਡੀਆਂ, ਤੇ ਕੋਈ ਇੰਨੀ ਦੌੜ ਵੀ ਨਹੀਂ ਲਾਉਂਦੇ, ਲੈ ਆਉਂਦੇ ਨੇ ਵਿੱਚ ਜਾਂਦੇ। ਉਹ ਮੈਂ ਕਿਹਾ ਇਹ ਮੇਰਾ ਸੋਹਣਾ ਮਾਲਕ ਹੀ ਜਾਂਦਾ, ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਹੋਈ ਹੋਏ ਤੇ ਮੈਂ ਹੱਥ ਬੰਨ ਕੇ ਮਾਜ਼ਰ ਚਰਾਂਗਾ, ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ, ਚੌਲ ਖਾ ਕੇ ਵੋਟ ਨਾ ਦਿਓ, ਵੋਟ ਆਪਣੇ ਜ਼ਮੀਰ ਦਾ ਦਿਓ। ਓਕੇ ਖੁਦਾ।